ਪੈਰਾਂ ਦੇ ਵਿੱਚ ਤੇ ਲੱਤਾਂ ਦੇ ਵਿੱਚ ਦਰਦ ਹੁੰਦਾ ਰਹਿੰਦਾ ਥੱਲੜਾ ਹਿੱਸਾ ਲੱਤਾਂ ਦਾ ਪਿੰਜੜੀਆਂ ਤੋਂ ਥੱਲੇ ਲੱਤਾਂ ਤੇ ਪੈਰਾਂ ਦੇ ਤਲਿਆਂ ਦੇ ਵਿੱਚ ਥੱਲੇ ਅੱਡੀਆਂ ਦੇ ਵਿੱਚ ਤੇ ਪੈਰਾਂ ਦੇ ਤਲਿਆਂ ਦੇ ਵਿੱਚ ਕਹਿੰਦੇ ਜਦੋਂ ਉੱਠ ਕੇ ਖੜਦੇ ਆ ਤੇ ਉਸ ਵਕਤ ਵੀ ਭਾਰ ਨਹੀਂ ਆਉਂਦਾ ਤੇ ਜਾਂ ਲੱਤਾਂ ਸੌ ਜਾਂਦੀਆਂ ਜੇ ਚੌਂਕੜੀ ਮਾਰ ਕੇ ਬੈਠਦੇ ਆ ਤੇ ਦਰਦਾਂ ਹੁੰਦੀਆਂ ਰਹਿੰਦੀਆਂ ਲੰਮੇ ਪਿਆਂ ਦੇ ਵਿੱਚ ਤੇ ਜਦੋਂ ਲਤਾਂ 'ਚ ਦਰਦ ਕਾਫੀ ਧੇਰ ਲਈ ਰਹਿ ਜਾਏ ਫਿਰ ਥੋੜੇ ਅਰਸੇ ਬਾਅਦ ਪੈਰ ਸੁੱਜਣੇ ਸ਼ੁਰੂ ਹੋ ਜਾਣ ਤੁਸੀਂ ਸਮਝ ਲਓ ਕਿ ਬਲੱਡ ਪ੍ਰੈਸ਼ਰ ਲੋ ਹੋਣ ਦੀ وجہ ਤੋਂ ਤੁਹਾਡਾ ਕਿਡਨੀ ਵੀ ਵੀਕ ਹੋ ਗਿਆ ਹੁੰਦਾ ਹੈ ਤੁਸੀਂ ਫੌਰਨ ਤੋਂ ਪਹਿਲੇ ਅਗਰ ਸ਼ੂਗਰ ਨਹੀਂ ਹੈ ਤੇ ਤਿੰਨ ਖਜੂਰਾਂ ਰੋਜ਼ ਖਾਣੀਆਂ ਸ਼ੁਰੂ ਕਰੋ ਇੱਕ ਸਵੇਰ ਇੱਕ ਦੁਪਹਿਰ ਇੱਕ ਸ਼ਾਮ ਪਲੱਸ ਐਨੇ ਸਾਰੇ ਪਿਸਤੇ ਖਾਇਆ ਕਰੋ ਰੋਜ਼ ਜਿਹਨਾਂ ਦਾ ਬੀਪੀ ਲੋ ਰਹਿੰਦਾ ਹੈ ਜਾਂ ਲਤਾਂ ਦੁਖਦੀਆਂ ਉਹ ਇੱਕ ਚੁਟਕੀ ਸੁੰਦ ਪਾਣੀ ਨਾਲ ਲੈ ਲਿਆ ਕਰਨ ਰੋਸ نیند ਨਾ ਆਉਣੀ ਇਹ ਕਿਹਦੇ ਬਾਰੇ ਜਰੂਰ ਦੱਸ ਦਿਓ ਤੇ ਇੱਕ ਗਰਦਨ ਦੇ ਪਿਛਲੇ ਪਾਸੇ ਥੋਣ ਦੇ ਪਿਛਲੇ ਪਾਸੇ ਤਰਦ ਰਹਿਣੀ ਦੁਖਦੀ ਰਹਿਣੀ ਥੋਣ ਥੱਕੀ ਥੱਕੀ ਜੀ ਮਹਿਸੂਸ ਕਰਨਾ ਉਹ ਇੱਕ ਗਰਦਨ ਦੀ ਡਿਜ਼ੀਜ਼ ਹੈ ਬਹੁਤ سارے ਲੋਕ ਜਿਹੜੇ ਇਸ ਤਰ੍ਹਾਂ ਕਰਕੇ ਇੱਕੋ ਹੀ ਪੋਸਚਰ ਚ ਬੈਠੇ ਰਹਿੰਦੇ ਨੇ ਮੋਬਾਈਲ ਤੇ ਜਾਂ ਜਿਨ੍ਹਾਂ ਦੀਆਂ ਉਂਗਲੀਆਂ ਕੰਪਿਊਟਰ ਤੇ ਚੱਲਦੀਆਂ ਨੇ ਇਹ ਉਹਨਾਂ ਨੂੰ ਅਕਸਰੇ ਪ੍ਰੋਬਲਮ ਹੁੰਦੀ ਹੈ ਗਰਦਨ ਦੀ ਕਹਿੰਦੇ ਬਾਗਾ ਬਾਰਡਰ ਅੰਮ੍ਰਿਤਸਰ ਤੋਂ ਕੋਲੋਂ ਕਹਿੰਦੇ ਤੁਹਾਡਾ ਸ਼ੋਅ ਦੇਖਿਆ ਸੀ ਉੱਥੇ ਦੇ ਰਹਿਣ ਵਾਲੇ ਆ ਬਾਗਾ ਬਾਰਡਰ ਦੇ ਕੋਲ ਅੰਮ੍ਰਿਤਸਰ ਸਾਹਿਬ ਅੱਛਾ ਤੇ ਕਹਿੰਦੇ ਕਿ ਤੁਹਾਡੇ ਦੱਸੇ ਨੁਸਕੇ 올ਿਵ ਆਇਲ ਦੇ ਇੱਕ ਚਮਚੇ ਨੇ ਸਰੀਰ ਵਿੱਚ ਜਾਨ ਪਾਤੀ ਆ ਜਸਵਿੰਦਰ ਕੌਲਜੀ ਕਹਿੰਦੇ ਆ ਕਿ ਵਾਲ ਕਾਲੇ ਹੋਣ ਦਾ ਕੋਈ ਨੇਚਰਲ ਤਰੀਕਾ ਹੈ ਐਸੇ ਹੀ ਕਹ ਲਓ ਕਿ ਸਵਾਲ ਨੂੰ ਛੇਆਂ ਜਾਣਿਆ ਨੇ ਹੋਰ ਕੀਤਾ ਕੋਲੇਸਟ੍ਰੋਲ ਦਾ ਵੀ ਤੇ ਯੂਰਿਕ ਐਸਿਡ ਦਾ ਵੀ ਇੱਕੋ ਹੀ ਇਲਾਜ ਆ ਰੂਆ 올ਿਵ ਆਇਲ ਇੱਕ ਚਮਚ ਇੱਕ ਚਮਚ ਕੋਲੇਸਟ੍ਰੋਲ ਨੂੰ ਵੀ ਲੋ ਕਰਦਾ ਤੇ ਯੂਰਿਕ ਐਸਿਡ ਨੂੰ ਵੀ ਲੋ ਕਰਦਾ ਗਰਮੀਆਂ ਚ ਅੱਧਾ ਚਮਚ ਸਰਦੀਆਂ ਚ ਇੱਕ ਚਮਚ ਡਰਾਈਨਸ ਦਾ ਜ਼ਬਰਦਸਤ ਸੋਲੂਸ਼ਨ ਪਾਣੀ ਹੈ ਡੀ ਹਾਈਡਰੇਸ਼ਨ ਤੋਂ ਡਰਾਈਨਸ ਹੁੰਦੀ ਹੈ ਤੁਹਾਡੇ ਸਕੈਲਪ ਤੇ ਵੀ ਡਰਾਈਨਸ ਹੋਏਗੀ ਤੁਹਾਡੇ ਡੈਫੀਨਿਟਲੀ ਸਕਿਨ ਤੇ ਵੀ ਡਰਾਈਨਸ ਹੋਏਗੀ ਅੱਖਾਂ ਚ ਵੀ ਡਰਾਈਨਸ ਹੋਏਗੀ ਤੁਹਾਡੇ ਜਿਸਮ ਦੇ ਅੰਦਰ ਵੀ ਡਰਾਇਨੈਸ ਹੋਏਗੀ ਸਟਮਕ ਚ ਵੀ ਡਰਾਇਨੈਸ ਹੋਏਗੀ ਜਿਸ ਦੇ ਨਾਲ ਕਨਸਟਿਪੇਸ਼ਨ ਹੁੰਦੀ ਹੈ ਆਮਲਾ ਤੇ ਜੰਗ ਹਰੜ ਇਹਨਾਂ ਦੋਵਾਂ ਨੂੰ ਤੁਸੀਂ ਬਰਾਬਰ ਵਜ਼ਨ ਚ ਲੈ ਕੇ ਤੇ ਇਹਨਾਂ ਨੂੰ ਪਾਊਡਰ ਬਣਾ ਲੈਣਾ ਇਕੱਠਾ ਕਰ ਲੈਣਾ ਅੱਤੀ ਚਮਚ ਗਰਮ ਦੁੱਧ ਨਾਲ ਲੈਣ ਦੀ ਆਦਤ ਪਾ ਲਓ ਉਸ ਗਰਮ ਦੁੱਧ ਨੂੰ ਅਗਰ ਤੁਸੀਂ ਹੋਰ ਤੇਜ਼ ਕਰਨਾ ਹੈ ਤੇ ਬਦਾਮਾਂ ਦਾ ਤੇਲ ਹੁੰਦਾ ਹੈ ਬਦਾਮ ਰੋਗਨ ਜਿਵੇਂ ਕਰਦੇ ਨੇ ਅਸ ਗਰਮ ਦੁੱਧ 'ਚ ਇੱਕ ਚਮਚਾ ਬਦਾਮ ਰੋਗਣ ਪਾ ਲਓ ਉਹਨੂੰ ਪਾਣੀ ਨਾਲ ਪਹਿਲੇ ਅੰਦਰ ਗੁਜ਼ਾਰ ਲਓ ਫਿਰ ਉੱਪਰੋਂ ਗਰਮ ਦੁੱਧ ਮਜ਼ੇ ਲੈ ਲੈ ਕੇ ਪੀ ਲਓ ਤੇ ਤੁਸੀਂ ਦੇਖੋਗੇ ਕਿ ਇਹਨੂੰ ਟਾਈਮ ਤੇ ਲੱਗੇਗਾ ਸ਼ਾਇਦ ਸਾਲ ਇੱਕ ਲੱਗੇ ਸ਼ੁਰੂ ਹੋਣ ਕਿ ਕਿਤੇ ਕਿਤੇ ਤੁਹਾਡੇ ਵਾਲ ਬਲੈਕ ਆਨੇ ਸ਼ੁਰੂ ਹੋ ਗਏ ਸਾਂਝਾ ਟੀਵੀ ਦੇਖ ਰਿਹਾ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੁਹਾਨੂੰ ਖਾਸ ਮੁਲਾਕਾਤ ਵਿੱਚ ਤੁਸੀਂ ਜਾਣਦੇ ਹੋ ਕਿ ਇਸ ਸ਼ੋਅ ਦੇ ਵਿੱਚ ਅਸੀਂ ਖਾਸ-ਖਾਸ ਸ਼ਖਸੀਅਤਾਂ ਨੂੰ ਰੂਬਰੂ ਕਰਦੇ ਹਾਂ ਤਾਂ ਕਿ ਸਾਡੀ ਕਮਿਊਨਿਟੀ ਦੇ ਵਿੱਚ ਪਤਾ ਲੱਗਦਾ ਰਹੇ ਸਾਡੇ ਆਲੇ-ਦੁਆਲੇ ਕੀ ਹੋ ਰਿਹਾ ਤੇ ਜਦੋਂ ਅਸੀਂ ਆਲੇ-ਦੁਆਲੇ ਦੀ ਗੱਲ ਕਰਦੇ ਹਾਂ ਤੇ ਅਸੀਂ ਆਪਣੀ ਗੱਲ ਕਰਦੇ ਹਾਂ ਸੋ ਸਿਹਤ ਦੇ ਸੰਬੰਧੀ ਅਸੀਂ ਬਹੁਤ ਸਾਰੇ ਸ਼ੋਅ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਅੱਜ ਫਿਰ ਇੱਕ ਵਾਰੀ ਡਾਕਟਰ ਮੁਰਤਜ਼ਾ ਹੁਣੀ ਸਾਡੇ ਸਟੂਡੀਓ ਦੇ ਵਿੱਚ ਆਏ ਨੇ ਅੱਜ ਜਿਹੜੀ ਗੱਲਬਾਤ ਹੋਊਗੀ ਤੁਹਾਡੇ ਸਵਾਲ ਬਹੁਤ ਆਉਂਦੇ ਆ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਲਿਖ ਕੇ ਭੇਜਦੇ ਹੋ ਕਿ ਇਹਨਾਂ ਦੇ ਬਾਰੇ ਅਸੀਂ ਗੱਲ ਕਰੀਏ ਸੋ ਹੈਲਥ ਸ਼ੋਅ ਦੇ ਵਿੱਚ ਸਾਡੇ ਕੋਲ ਸਮਾਂ ਇਹਨਾਂ ਨਹੀਂ ਹੁੰਦਾ ਕਿਉਂਕਿ ਉਹਦੇ ਵਿੱਚ ਅਸੀਂ ਕਿਸੇ ਇੱਕ ਖਾਸ ਬਿਮਾਰੀ ਦੇ ਉੱਤੇ ਡਿਸਕਸ ਕਰਨਾ ਹੁੰਦਾ ਪਰ ਅੱਜ ਸ਼ੋਅ ਵਿੱਚ ਅਸੀਂ ਤੁਹਾਡੇ ਸਵਾਲ ਡਾਕਟਰ ਸਾਹਿਬ ਨੂੰ ਪੁੱਛਾਂਗੇ ਤੇ ਜਾਣਾਂਗੇ ਕਿ ਇਹਦੇ ਕੀ ਘਰੇਲੂ ਨੁਸਕੇ ਨੇ ਤੇ ਕਿਵੇਂ ਤੁਸੀਂ ਆਪਣੇ ਆਪ ਨੂੰ ਘਰੇ ਬੈਠੇ ਆ ਠੀਕ ਹੋ ਸਕਦੇ ਆ ਪਰ ਜੇ ਫੇਰ ਵੀ ਤੁਹਾਨੂੰ ਲੋੜ ਆ ਤੇ ਤੁਸੀਂ ਡਾਕਟਰ ਸਾਹਿਬ ਨੂੰ ਫੋਨ ਕਰਕੇ ਇਹਨਾਂ ਕੋਲੋਂ ਦਵਾਈ ਵੀ ਲੈ ਸਕਦੇ ਹੋ ਸੋ ਆਓ ਇਹਨਾਂ ਨੂੰ ਜੀ ਆਂ ਕਹਿੰਦੀ ਆ ਡਾਕਟਰ ਮਰਤਜ਼ਾ ਜੀ ਜੀ ਆਂ ਨੂੰ ਜੀ ਥੈਂਕ ਯੂ ਬਚਿੰਦਰ ਥੈਂਕ ਯੂ ਫॉर ਯੂਰ ਟਾਈਮ ਤੁਹਾਡਾ ਥੈਂਕ ਯੂ ਤੁਸੀਂ ਇੰਨੇ ਖੁਸ਼ ਹੋ ਕੇ ਸਾਨੂੰ ਬੁਲਾਉਂਦੇ ਹੋ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ ਬਹੁਤ ساری ਫੀਡਬੈਕ ਆਨ ਦੀ ਆ ਤੁਹਾਡੇ ਲਈ ਔਰ ਅਕਸਰ ਮੈਨੂੰ ਸਾਰੇ ਇਹੀ ਉਲਾਮਬਾ ਦਿੰਦੇ ਆ ਕਿ ਤੁਸੀਂ ਸਾਡੀਆਂ ਗੱਲਾਂ ਡਾਕਟਰ ਸਾਹਿਬ ਤੱਕ ਪਹੁੰਚਦੀਆਂ ਨਹੀਂ ਕਰਦੇ ਇਹ ਗੱਲ ਠੀਕ ਹੈ ਨਹੀਂ ਜੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਤੁਹਾਡੇ ਲਈ ਇੰਨੇ ਜ਼ਿਆਦਾ ਮੈਸੇजेस ਆਏ ਹੁੰਦੇ ਆ ਤੇ ਰੁਝੇਮਿਆਂ ਦੇ ਵਿੱਚੋਂ ਕਈ ਵਾਰੀ ਕੁਝ ਅੱਖੋਂ ਪਰੋਖੇ ਹੋ ਜਾਂਦੇ ਆ ਪਰ ਮੇਰੀ ਕੋਸ਼ਿਸ਼ ਹੁੰਦੀ ਆ ਕਿ ਜਿਹੜੇ ਲੋਕ ਵਾਕਿਆ ਹੀ ਇਹੋ ਜਿਹੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਦੇ ਆ ਤੁਹਾਡੇ ਤੱਕ ਲੈ ਕੇ ਆਈਏ ਸੋ ਬਹੁਤ ਸਾਰੇ ਸਵਾਲ ਸਾਡੇ ਕੋਲ ਆਏ ਆ ਸੋ ਪਹਿਲਾਂ ਮੈਂ ਤੁਹਾਡਾ ਜਿਹੜੇ ਜਿਨ੍ਹਾਂ ਨੇ ਥੈਂਕ ਯੂ ਕੀਤਾ ਮੈਂ ਉਹ ਦੱਸਣਾ ਚਾਹੁੰਦੀ ਆ ਜੀ ਜਿਨ੍ਹਾਂ ਨੇ ਐਪਰੀਸ਼ੀਏਟ ਕੀਤਾ ਹੈਗਾ ਇੰਦਰਜੀਤ ਕੌਰ ਜੀ ਕਹਿੰਦੇ ਆ ਕਿ ਲੈਂਦੇ ਤੇ ਚੜਦੇ ਪੰਜਾਬ ਦੀ ਪੰਜਾਬੀ ਨੂੰ ਸਲਾਮ ਉਹ ਕਹਿੰਦੇ ਕਿ ਦੋਨਾਂ ਪੰਜਾਬਾਂ ਦੀ ਪੰਜਾਬੀ ਦੇ ਵਿੱਚ ਤੁਸੀਂ ਗੱਲਬਾਤ ਕਰਦੇ ਹੋ ਸੋ ਤੁਹਾਡਾ ਧੰਨਵਾਦ ਤੇ ਉਹ ਕਹਿੰਦੇ ਕਿ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਤੁਸੀਂ ਕੋਈ ਦਵਾਈ ਦਾ ਜਾਂ ਕੋਈ ਖਾਣ ਵਾਲੀ ਚੀਜ਼ ਦਾ ਨਾਮ ਦੱਸਦੇ ਹੋ ਕਈ ਵਾਰੀ ਸਾਨੂੰ ਪਤਾ ਨਹੀਂ ਲੱਗਦਾ ਤੇ ਜੇ ਉਹਦੀ ਪੰਜਾਬੀ ਵੀ ਨਾਲ-ਨਾਲ ਦੱਸਦਿਆ ਕਰੋ ਹੋਰ ਤੁਹਾਨੂੰ ਇਸ ਲਈ ਬਲਜਿੰਦਰ ਜੀ ਨਾਲ ਬਿਠਾਇਆ ਤੁਹਾਡੀ ਪੰਜਾਬੀ ਏਡੀ ਵਧੀਆ ਤੁਸੀਂ ਨਾਲ ਟ੍ਰਾਂਸਲੇਟ ਕਰਦਿਆ ਕਰੋ ਠੀਕ ਹੈ ਜੀ ਬਿਲਕੁਲ ਰੋਕਦਿਆ ਕਰੋ ਕਿ ਆਦੀ ਡਾਕਟਰ ਸਾਹਿਬ ਪੰਜਾਬੀ ਦੱਸ ਬਿਲਕੁਲ ਜੀ ਇਹ ਮੈਂ ਜਰੂਰ ਰੱਖਾਂਗੀ ਇਸ ਗੱਲ ਦਾ ਖਿਆਲ ਤੇ ਦੂਜਾ ਸਾਡੇ ਕੋਲ ਪਰਮਜੀਤ ਮਾਨ ਆ ਇਹਨਾਂ ਨੇ ਆਪਣੀ ਜਿਹੜੀ ਪ੍ਰੋਬਲਮ ਦੱਸੀ ਹੈਗੀ ਆ ਕਾਫੀ ਵਾਰ ਇਹਨਾਂ ਦੇ ਮੈਸੇਜ ਆਏ ਆ ਡਰਾਈ ਆਈਸ ਕਹਿੰਦੇ ਅੱਖਾਂ ਬਹੁਤ ਖੁਸ਼ਕ ਰਹਿੰਦੀਆਂ ਵਿੱਚੋਂ ਜਿੱਦਾਂ ਖੁਸ਼ਕੀ ਜੀ ਰਹਿੰਦੀ ਆ ਤੇ ਖਾਜ ਆਉਂਦੀ ਰਹਿੰਦੀ ਆ ਇਹਦੇ ਬਾਰੇ ਜਰੂਰ ਡਾਕਟਰ ਸਾਹਿਬ ਨੂੰ ਪੁੱਛਿਆ ਅੱਛਾ ਪਰਮਜੀਤ ਮਾਨ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਤੁਸੀਂ ਇੰਨੀ ਵਾਰੀ ਸਾਨੂੰ ਮੈਸੇਜ ਕਰ ਦਿੱਤਾ ਤੇ ਇੱਕ ਵਾਰੀ ਗਲਾਸ ਨੂੰ ਮੈਸੇਜ ਨਹੀਂ ਕੀਤਾ ਪਾਣੀ ਦਾ ਗਲਾਸ ਪੀ ਲੰਦ ਗਲਾਸ ਨੂੰ ਮੈਸੇਜ ਗਿਆ ਨਹੀਂ ਹੁਣ ਤੁਹਾਡੇ ਨੂੰ ਬਰੂ ਜਾਏਗਾ ਤੁਹਾਡੇ ਕੋਲੋਂ ਜਾਏਗਾ ਗਲਾਸ ਨੂੰ ਮੈਸੇਜ ਇਹ ਤਾਂ ਇਹਦੇ ਲਈ ਦੋ ਹੱਲ ਨੇ ਇੱਕ ਹੱਲ ਤੇ ਹੈ ਕਿ ਤੁਸੀਂ ਪਾਣੀ ਦੇ ਗਿਣ ਕੇ ਤਿੰਨ ਤੋਂ ਸਾਢੇ ਤਿੰਨ ਚਾਰ ਲੀਟਰ ਪਾਣੀ ਪੀਣਾ ਔਰ ਪਾਣੀ ਵੀ ਅੱਛੇ ਵਾਲਾ ਪੀਣਾ ਜਿਹੜਾ ਮੈਂ ਤੇ ਬਲਜਿੰਦਰ ਅਕਸਰ ਡਿਸਕਸ ਕਰਦੇ ਰਹਿੰਦੇ ਇੱਕ ਤੇ ਕੰਮ ਤੁਸੀਂ ਇਹ ਕਰਨਾ ਦੂਸਰਾ ਕੰਮ ਤੁਸੀਂ ਇਹ ਕਰਨਾ ਹੈ ਕਿ ਤੁਸੀਂ ਇੱਕ ਚਮਚ 올ਿਵ ਆਇਲ ਰੋਜ਼ ਪੀਣਾ ਤੁਹਾਡੀ ਬਾਡੀ ਸਾਰੀ ਡਰਾਈ ਹੋਏਗੀ ਕੱਲੀਆਂ ਤੁਹਾਡੀਆਂ ਆਇਜ਼ ਨਹੀਂ ਡਰਾਈ ਹੋਣੀਆਂ ਸਾਰਾ ਕੁਝ ਡਰਾਈ ਹੋਣਾ ਤੇ ਡਰਾਈਨੈਸ ਦਾ ਜ਼ਬਰਦਸਤ ਸੋਲੂਸ਼ਨ ਪਾਣੀ ਹੈ ਡੀ ਹਾਈਡਰੇਸ਼ਨ ਤੋਂ ਡਰਾਈਨੈਸ ਹੁੰਦੀ ਹੈ ਤੁਹਾਡੇ ਸਕੈਲਪ ਤੇ ਵੀ ਡਰਾਈਨੈਸ ਹੋਏਗੀ ਤੁਹਾਡੇ ਡੈਫੀਨਿਟਲੀ ਸਕਿਨ ਤੇ ਵੀ ਡਰਾਈਨੈਸ ਹੋਏਗੀ ਅੱਖਾਂ 'ਚ ਵੀ ਡਰਾਈਨੈਸ ਹੋਏਗੀ ਤੁਹਾਡੇ ਜਿਸਮ ਦੇ ਅੰਦਰ ਵੀ ਡਰਾਈਨੈਸ ਹੋਏਗੀ ਸਟਮਕ 'ਚ ਵੀ ਡਰਾਈਨੈਸ ਹੋਏਗੀ ਜਿਸ ਦੇ ਨਾਲ ਕਨਸਟਿਪੇਸ਼ਨ ਹੁੰਦੀ ਹੈ ਤੇ ਇਹ ਡੀ ਹਾਈਡਰੇਸ਼ਨ ਦਾ ਬਿਹਤਰੀਨ ਸਟਮਕ ਔਰ ਅੱਖਾਂ ਦਾ ਬ੍ਰੇਨ ਦਾ ਇਹ ਡੀਹਾਈਡਰੇਸ਼ਨ ਦਾ ਬਿਹਤਰੀਨ ਇਲਾਜ ਹੈ ਕਿ ਤੁਸੀਂ ਪਹਿਲੇ ਤੇ ਪਾਣੀ ਪੂਰਾ ਕਰੋ ਦੂਸਰੇ ਨੰਬਰ ਤੇ ਤੁਸੀਂ ਇੱਕ ਚਮਚ 올ਿਵ ਆਇਲ ਰਾਤ ਨੂੰ ਲਿਆ ਕਰੋ ਅਗਰ ਬਲੱਡ ਪ੍ਰੈਸ਼ਰ ਹੈਗਾ ਫਿਰ ਅੱਧਾ ਚਮਚ ਲਿਆ ਕਰੋ ਤੇ ਤੀਸਰੇ ਨੰਬਰ ਤੇ ਤੁਸੀਂ ਅੱਖਾਂ 'ਚ ਸ਼ਹਿਦ ਪਾਇਆ ਕਰੋ ਸ਼ਹਿਦ ਨੂੰ ਤੇ ਡਿਸਟਿਲ ਵਾਟਰ ਨੂੰ ਮਿਕਸ ਕਰਕੇ ਰੱਖ ਲਓ ਇੱਕ ਹਿੱਸਾ ਸ਼ਹਿਦ ਤਿੰਨ ਹਿੱਸੇ ਡਿਸਟਿਲ ਵਾਟਰ ਇਹਨੂੰ ਮਿਕਸ ਕਰਕੇ ਰੱਖ ਲਓ ਇਹ ਅੱਖਾਂ 'ਚ ਕਦੀ ਕਦੀ 1-2 ਦਿਨ ਬਾਅਦ ਪਾ ਲਿਆ ਕਰੋ ਇਹ ਡਰਾਈ ਆਇਜ਼ ਦਾ ਬਹੁਤ ਅੱਛਾ ਨੁਸਖਾ ਹੈ ਹੋਰ ਕੋਈ ਹੁਕਮਤ ਦੱਸੋ ਕੀ ਬਾਤ ਹੈ ਜੀ ਬੜੇ ਸਿੰਪਲ ਤੁਸੀਂ ਜਿਹੜੇ ਨੁਸਖੇ ਦੱਸੇ ਹੈਗੇ ਆ ਤੇ ਮੈਨੂੰ ਪੂਰੀ ਉਮੀਦ ਹੈ ਇਹਨਾਂ ਨੂੰ ਇਹਦੇ ਤੋਂ ਜਰੂਰ ਆਰਾਮ ਆਏਗਾ ਤੇ ਅੱਗੇ ਸਾਡੇ ਕੋਲ ਹੈਗੇ ਆ ਜੀ ਜਸਕੀਰਤ ਸਿੰਘ ਚਾਰ ਜਾਣਿਆਂ ਦਾ ਸੇਮ ਹੀ ਸਵਾਲ ਹੈ ਜੀ ਜਸਕੀਰਤ ਸਿੰਘ ਆ ਮੰਦੀਪ ਸਿੰਘ ਆ ਕੁਲਵੰਤ ਸਿੰਘ ਆ ਤੇ ਇਸ ਦੇ ਨਾਲ ਨਾਲ ਕਿਰਨਦੀਪ ਸਿੰਘ ਆ ਇਹਨਾਂ ਦਾ ਸਵਾਲ ਹੈ ਕਿ ਪੈਰਾਂ ਦੇ ਵਿੱਚ ਤੇ ਲੱਤਾਂ ਦੇ ਵਿੱਚ ਦਰਦ ਹੁੰਦਾ ਰਹਿੰਦਾ ਥੱਲੜਾ ਹਿੱਸਾ ਲੱਤਾਂ ਦਾ ਪਿੰਜਣੀਆਂ ਤੋਂ ਥੱਲੇ ਲੱਤਾਂ ਤੇ ਪੈਰਾਂ ਦੇ ਤਲਿਆਂ ਦੇ ਵਿੱਚ ਥੱਲੇ ਅੱਡੀਆਂ ਦੇ ਵਿੱਚ ਤੇ ਪੈਰਾਂ ਦੇ ਤਲਿਆਂ ਦੇ ਵਿੱਚ ਕਹਿੰਦੇ ਜਦੋਂ ਉੱਠ ਕੇ ਖੜਦੇ ਆ ਤੇ ਉਸ ਵਕਤ ਵੀ ਭਾਰ ਨਹੀਂ ਆਉਂਦਾ ਤੇ ਜਾਂ ਲੱਤਾਂ ਸੌ ਜਾਂਦੀਆਂ ਜੇ ਚੌਂਕੜੀ ਮਾਰ ਕੇ ਬੈਠਦੇ ਆ ਤੇ ਦਰਦਾਂ ਹੁੰਦੀਆਂ ਰਹਿੰਦੀਆਂ ਲੰਮੇ ਪਿਆਾਂ ਦੇ ਵੀ ਬਲਜੰਦਰ ਇਹ ਤਿੰਨ ਚਾਰ ਮੁxtਲਫ ਚੀਜ਼ਾਂ ਨੇ ਡਿਫਰੈਂਟ ਚੀਜ਼ਾਂ ਨੇ ਜਿਹੜੀ ਸਭ ਤੋਂ ਪਹਿਲੇ ਆਪਾਂ ਡਿਸਕਸ ਕਰਦੇ ਆਂ ਪੈਰਾਂ ਲੱਤਾਂ ਦੇ ਵਿੱਚ ਜਿਹੜਾ ਦਰਦ ਹੁੰਦਾ ਲੱਤਾਂ 'ਚ ਦਰਦ ਦੋ ਤਿੰਨ ਰੀਜਨਸ ਤੋਂ ਹੋ ਸਕਦਾ ਪਹਿਲੀ ਰੀਜਨ ਉਹਦੀ ਇਹ ਹੋ ਸਕਦੀ ਹੈ ਕਿ ਤੁਸੀਂ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰੋ ਇਹ ਲੋਅਰ ਸਾਈਡ ਤੇ ਹੋਏਗਾ 120 ਤੇ 80 ਨਹੀਂ ਹੋਏਗਾ ਇਹ 118 ਹੋਏਗਾ 115 ਹੋਏਗਾ 110 ਹੋਏਗਾ 105 ਹੋਏਗਾ ਔਰ ਨੀਚੇ ਵਾਲਾ 60 ਤੋਂ 80 ਦੇ ਦਰਮਿਆਨ ਚ ਕਿਤੇ ਹੋਏਗਾ ਅਗਰ ਤੁਹਾਡਾ ਬਲੱਡ ਪ੍ਰੈਸ਼ਰ ਲੋਅ ਰਵੇ ਔਰ ਕਾਫੀ ਟਾਈਮਲੀ ਲੋਅ ਰਵੇ ਤੇ ਤੁਸੀਂ ਇਸ ذہن ਚ ਰੱਖ ਲੋ ਕਿ ਤੁਹਾਡੀਆਂ ਲੱਤਾਂ ਚ ਦਰਦ ਤੇ ਹونی ਹੋਣੀ ਐ ਤੁਹਾਡੇ ਕਿਡਨੀ ਵੀ ਵੀਕ ਹੋਣਗੇ ਤੇ ਸਲੋਲੀ ਗ੍ਰੈਜੂਲੀ ਕਿਡਨੀ ਜਦੋਂ ਵੀਕ ਹੋ ਜਾਂਦੇ ਫਿਰ ਗੋਡਿਆਂ ਚ ਵੀ ਦਰਦ ਹੁੰਦੀ ਐ ਫਿਰ ਪੈਰ ਸੁੱਜਦੇ ਵੀ ਨੇ ਤੇ ਜਦੋਂ ਲੱਤਾਂ ਚ ਦਰਦ ਕਾਫੀ ਦੇਰ ਲਈ ਰਹਿ ਜਾਏ ਫਿਰ ਥੋੜੇ ਅਰਸੇ ਬਾਅਦ ਪੈਰ ਸੁੱਜਨੇ ਸ਼ੁਰੂ ਹੋ ਜਾਣ ਤੁਸੀਂ ਸਮਝ ਲਓ ਕਿ ਬਲੱਡ ਪ੍ਰੈਸ਼ਰ ਲੋ ਹੋਣ ਦੀ وجہ ਤੋਂ ਤੁਹਾਡਾ ਕਿਡਨੀ ਵੀ ਵੀਕ ਹੋ ਗਿਆ ਹੁਣ ਨਾਲ ਹੁਣ ਉਹਦਾ ਸੋਲੂਸ਼ਨ ਕੀ ਐ ਇਮਰ ਕੋਲੇ ਬਹੁਤ ਸਵਾਲ ਆਉਂਦਾ ਹੈ ਮੇਰੇ ਕੋਲ ਆਣ ਵਾਲਿਆਂ ਦੇ ਵੀ ਬਹੁਤ ਹੁੰਦਾ ਹੈ ਜਦੋਂ ਮੈਂ ਉਹਨਾਂ ਨੂੰ ਪੁੱਛਦਾ ਨਾ ਕਿ ਤੁਹਾਡਾ ਬਲੱਡ ਪ੍ਰੈਸ਼ਰ ਉਹ ਸਮਝਦੇ ਬਲੱਡ ਪ੍ਰੈਸ਼ਰ ਦਾ ਮਤਲਬ ਬਲੱਡ ਪ੍ਰੈਸ਼ਰ ਹਾਈ ਹੋਣਾ ਬਲੱਡ ਪ੍ਰੈਸ਼ਰ ਦਾ ਮਤਲਬ ਬਲੱਡ ਪ੍ਰੈਸ਼ਰ ਹਾਈ ਹੋਣਾ ਨਹੀਂ ਬਲੱਡ ਪ੍ਰੈਸ਼ਰ ਦਾ ਮਤਲਬ ਬਲੱਡ ਪ੍ਰੈਸ਼ਰ ਲੋ ਹੋਣਾ ਵੀ ਹੈ ਅਗਰ ਬਲੱਡ ਪ੍ਰੈਸ਼ਰ ਲੋ ਹੈ ਤੇ ਉਹ ਵੀ ਉਹ ਨਹੀਂ ਡੇਂਜਰਸ ਹੈ ਜਿੰਨਾ ਹਾਈ ਹੈ ਤੇ ਨਾਰਮਲ ਕਿੰਨਾ ਕੁ ਰੱਖਣਾ ਚਾਹੀਦਾ ਹੈ 120/80 ਔਰ ਅਗਰ ਤੁਹਾਡੀ ਏਜ 60 ਤੋਂ ਜ਼ਿਆਦਾ ਹੈ ਤਾਂ ਫਿਰ 130/90 ਬਸ ਇਸ ਤੋਂ ਜ਼ਿਆਦਾ ਨਹੀਂ ਔਰ ਮਸ਼ੀਨ ਜਿਹੜੀ ਹੈ ਐਵਿਡੈਂਸਰ ਕੋ ਅੱਜ ਇੱਕ ਹੋਰ ਮਿਥ ਬਾਕਲੀਅਰ ਕਰਦੀ ਹੈ ਜਿਹੜੀ ਮਸ਼ੀਨ ਹੈ ਨਾ ਉਹ 11% ਬਲੱਡ ਪ੍ਰੈਸ਼ਰ ਜ਼ਿਆਦਾ ਦੱਸਦੀ ਹੈ ਤੁਸੀਂ 11% ਉਹ ਤੇ ਜੋ ਮਾਈਨਸ ਕਰ ਲੋ ਜਦੋਂ ਬਲੱਡ ਪ੍ਰੈਸ਼ਰ ਚੈੱਕ ਕਰੋ ਤੇ 120/80 ਸਾਰੇ ਤੁਹਾਡੇ ਵਰਗੇ ਜਵਾਨਾਂ ਦਾ ਤੇ ਮੇਰੇ ਵਰਗੇ ਬੁੱਢਿਆਂ ਦਾ 130/90 ਨੇ ਇੱਕ ਗੱਲ ਦੂਸਰੀ ਗੱਲ ਜੇ ਬਲੱਡ ਪ੍ਰੈਸ਼ਰ ਲੋ ਹੋਏ ਤੇ ਤੁਸੀਂ ਫੌਰਨ ਤੋਂ ਪਹਿਲੇ ਅਗਰ ਸ਼ੂਗਰ ਨਹੀਂ ਹੈ ਤੇ ਤਿੰਨ ਖਜੂਰਾਂ ਰੋਜ਼ ਖਾਣੀਆਂ ਸ਼ੁਰੂ ਕਰੋ ਇੱਕ ਸਵੇਰ ਇੱਕ ਦੁਪਹਿਰ ਇੱਕ ਸ਼ਾਮ ਪਲਸ ਐਨਸਰੇ ਪਿਸਟਾਖਾ ਕਰੋ ਰੋਜ਼ ਪਿਸਟਾਚਿਓ ਸੁ ਨਹੀਂ ਹੋਣਾ ਸੁ ਪਿਸਤਾਖਾਨ ਦੇ ਨਾਲ ਇਹ ਸਹਾਇਤਾ ਹੋਊਗੀ ਇਹਦੇ ਗਾਰਜ ਬਹੁਤ ਜ਼ਿਆਦਾ ਬੈਟਰ ਹੋਣਗੇ ਅਗਰ ਉਹ ਇੱਕ ਮੁਠੀ ਭਰ ਕੇ ਸਵੇਰ ਔਰ ਇੱਕ ਮੁਠੀ ਭਰ ਕੇ ਸ਼ਾਮ ਖਾਣ ਜਿਨ੍ਹਾਂ ਦਾ ਕਾਫੀ ਲੋਹਾ ਹੈ ਜਿਨ੍ਹਾਂ ਦਾ ਥੋੜਾ ਲੋਹਾ ਹੈ ਉਹ ਇੱਕ ਮੁਠੀ ਰੋਜ਼ ਦੀ ਭਰ ਕੇ ਇਸ ਤਰ੍ਹਾਂ ਮੇਰੇ ਜੱਡੀ ਮੁਠੀ ਉਹ ਖਾਇਆ ਕਰਨ ਔਰ ਪਲਸ ਉਹਦੇ ਨਾਲ ਪਾਣੀ ਜ਼ਰੂਰ ਪੀਣ ਕਿਉਂਕਿ ਨਮਕ ਹੁੰਦਾ ਹੈ ਇਦਾਂ ਸਤੇ ਡਰਾਈ ਕਰਦਾ ਤੇ ਉਹ ਨਮਕ ਤੁਹਾਡਾ ਪਾਣੀ ਸਾਰਾ ਚੂਸ ਜਾਏਗਾ ਤੇ ਡੀਹਾਈਡਰੇਟ ਕਰ ਦੇਗਾ ਫਿਰ ਤੁਹਾਨੂੰ ਐਸਿਡ ਹੋਏ ਫੀਲ ਹੋਏਗਾ ਤੇ ਉਹਦੇ ਤੋਂ ਬਚਣ ਲਈ ਤੁਸੀਂ ਪਾਣੀ ਪੂਰਾ ਪੀਓ ਹਾਈਡਰੇਟ ਰੱਖੋ ਬਾਡੀ ਨੂੰ ਹਾਈਡਰੇਟ ਦੀ ਅੰਗਰੇਜ਼ੀ ਕਿ ਉਰਦੂ ਕਿ ਪੰਜਾਬੀ ਡਾਕਟਰ ਸਾਹਿਬ ਤੁਸੀਂ ਤਾਂ ਪਾਕਿਸਤਾਨ ਤੋਂ ਆ ਕੇ ਜਿਆਦਾ ਨਹੀਂ ਕੈਨੇਡਾ ਜਾ ਕੇ ਭੋਲੀ ਕੇ ਪੰਜਾਬੀ ਜਮੇ ਬਸਿੰਦਰ ਪਾਕਿਸਤਾਨੋਂ ਨਿਕਲਿਆ ਵੀ 100 ਸਾਲ ਹੋ ਗਏ अच्छा जी ਹੁਣ ਤੇ ਗੱਲਾਂ ਚ ਹੀ ਰਹਿ ਗਿਆ ਹੈ ਕਿਤਾਬਾਂ ਚ ਹੀ ਰਹਿ ਗਿਆ ਪਾਣੀ ਇੱਕ ਤਾਂ ਹੁੰਦਾ ਤੁਸੀਂ ਕਿਹਾ ਕਿ ਡੀ ਹਾਈਡਰੇਟ ਡੀ ਹਾਈਡਰੇਟ ਹੋ ਜਾਣੀ ਬੋਡੀ ਡੀ ਹਾਈਡਰੇਟ ਹੋ ਜਾਂਦੀ ਹੈ ਜਦੋਂ ਪਿਸਤੇ ਜ਼ਿਆਦਾ ਖਾਓ ਖੁਸ਼ਕ ਹੋ ਜਾਣੀ ਖੁਸ਼ਕ ਡਰਾਈ ਹੋ ਜਾਣੀ ਡਰਾਈ ਹੋ ਜਾਣੀ ਤੇ ਤੁਸੀਂ ਪਾਣੀ ਨਾਲ ਉਹਨੂੰ ਕਵਰ ਕਰੋ ਉਸ ਚੀਜ਼ ਨੂੰ ਜੀ ਇਹ ਦੂਸਰਾ ਤਰੀਕਾ ਹੈ ਅਲਰਟ ਪ੍ਰੈਸ਼ਰ ਨੂੰ ਬੈਟਰ ਕਰਨ ਦਾ ਤੇ ਇਹ ਹਾਈ ਵਾਲਿਆਂ ਵਾਸਤੇ ਨਹੀਂ ਹੈ ਸੋ ਅੱਖਾਂ ਡਰਾਈਨੈਸ ਰਹਿੰਦੀਆਂ ਆ ਬੋਡੀ ਖੁਸ਼ਕ ਰਹਿੰਦੀ ਆ ਡੀਹਾਈਡਰੇਟ ਹੋ ਗਈ ਆ ਸੋ ਪਾਣੀ ਹੀ ਇੱਕ ਸੋਲੂਸ਼ਨ ਹੈ ਕਿ ਸਾਡਾ ਪਾਣੀ ਪੂਰਾ ਹੋਣਾ ਚਾਹੀਦਾ ਪਲੱਸ ਇਹ ਹੁਣ ਅਸੀਂ ਬਲੱਡ ਪ੍ਰੈਸ਼ਰ ਵਾਲਿਆਂ ਨੂੰ ਦੱਸ ਰਹੇ ਹਾਂ ਬਲੱਡ ਪ੍ਰੈਸ਼ਰ ਵਾਲਿਆਂ ਦਾ ਨਾਲ ਕਿਡਨੀ ਵੀ ਵੀਕ ਹੁੰਦਾ ਹੈ ਤੇ ਜਦੋਂ ਕਿਡਨੀ ਵੀਕ ਹੁੰਦਾ ਹੈ ਤੇ ਫੇਰ ਵੀ ਪਾਣੀ ਹੀ ਉਹਦਾ ਸੋਲੂਸ਼ਨ ਹੈ ਹੂੰ ਉਹਨੂੰ ਵਾਸ਼ ਕਰਦਾ ਡੀ ਟਾਕਸੀਫਾਈ ਕਰਦਾ ਬਾਡੀ ਨੂੰ ਐਂਟੀਆਕਸੀਡੈਂਟ ਦਾ ਕੰਮ ਕਰਦਾ ਪਾਣੀ ਫਿਰ ਅੱਛਾ ਪਾਣੀ ਪੀਓਗੇ ਜਿਵੇਂ ਹੁਣ ਲੀਮੂ ਪਾ ਕੇ ਅਗਰ ਅਸੀਂ ਇੱਕ ਗਲਾਸ ਚ ਪੀ ਲਈਏ ਤਾਂ ਉਹ ਐਂਟੀਆਕਸੀਡੈਂਟ ਗਲਾਸ ਹੋ ਗਿਆ ਅਗਰ ਅਸੀਂ ਹਲਦੀ ਵਾਲੀ ਕੋਈ ਚੀਜ਼ ਦੁੱਧ ਹਲਦੀ ਵਾਲਾ ਪੀ ਲਈਏ ਜਾਂ ਪਾਣੀ ਚ ਗਰਮ ਪਾਣੀ ਚ ਹਲਦੀ ਅੱਧਾ ਚਮਚ ਰੋਜ਼ ਪਾ ਕੇ ਪੀ ਲਈਏ ਉਹ ਡੀਟੌਕਸੀਫਾਈ ਕਰੇਗਾ ਬਾਡੀ ਨੂੰ ਐਂਟੀਆਕਸੀਡੈਂਟ ਹੋ ਗਿਆ ਇਹ ਬੜੀਆਂ ਕੰਮਦਾਰ ਚੀਜ਼ਾਂ ਨੇ ਫਿਰ ਜਿਨ੍ਹਾਂ ਦਾ ਬੀਪੀ ਲੋਅ ਰਹਿੰਦਾ ਹੈ ਜਾਂ ਲੱਤਾਂ ਦੁਖਦੀਆਂ ਉਹ ਇੱਕ ਚੁਟਕੀ ਸੁੰਡ ਪਾਣੀ ਨਾਲ ਲੈ ਲਿਆ ਕਰਨ ਰੋਜ਼ ਸੁੱਕੀ ਸੌਂਡ ਲੈ ਲੈਣੀ ਹੈ ਤੇ ਉਹ ਚਮਚਾ ਲੈ ਕੇ ਤੇ ਪਾਣੀ ਲਾਈਕ ਚੁਟਕੀ ਸੋਰੀ ਮਾਫ ਕਰਨਾ ਚੁਟਕੀ ਲੈ ਕੇ ਇੱਕ ਤੇ ਉਹਨੂੰ ਪਾਣੀ ਦੇ ਨਾਲ ਉਹੀ ਪਾ ਕੇ ਲੈਣਾ ਹੈਗਾ ਉਹ ਕੜਵੀ ਹੁੰਦੀ ਹੈ ਕਿਸੇ ਚੀਜ਼ ਤੇ ਪਾ ਕੇ ਤੁਸੀਂ ਖਾ ਨਹੀਂ ਸਕਦੇ ਜਿਹੜੀ ਚੀਜ਼ ਤੇ ਪਾਓਗੇ ਉਹ ਵੀ ਕੜਵੀ ਹੋ ਜਾਏਗੀ ਤੇ ਉਹਨੂੰ ਉੰਜ ਹੀ ਲੈ ਕੇ ਔਕੇ ਸੋਕੇ ਪਾਣੀ ਪੀ ਲਓ ਅਮ ਇਹਦਾ ਹੋਰ ਵੀ ਸੋਲੂਸ਼ਨ ਹੈ ਉਹਨੂੰ ਪਾਣੀ ਚ ਮਾੜਾ ਜਾਂ ਘੋਲ ਲਓ ਤੇ ਪਾਣੀ ਕੋਨ ਪੀਓ ਇੱਕ ਚਮਚੇ ਦੇ ਵਿੱਚ ਘੋਲ ਲਓ ਫਿਰ ਲਿਕਵਿਡ ਜਿਆਦਾ ਜਾਂਦੀ ਸੁੱਕੀ ਥੋੜਾ ਹਾਂ ਗਲ ਨੂੰ ਜਿਆਦਾ ਲੱਗਦੀ ਆ ਹਾਂਜੀ ਕਿਉਂਕਿ ਉਹ ਮੈਂ ਤਜਰਬਾ ਕਰਕੇ ਦੇਖਿਆ ਨਾ ਤੇ ਫਿਰ ਮਾੜਾ ਜਿਹਾ ਚਮਚੇ 'ਚ ਦੋ ਬੂੰਦਾ ਪਾਣੀ ਦੀਆਂ ਪਾ ਕੇ ਉਹਨੂੰ ਘੋਲ ਲਓ ਜਿਵੇਂ ਛੋਟੇ ਬੱਚਿਆਂ ਨੂੰ ਆਪਾਂ ਗੋਲੀ ਘੋਲ ਕੇ ਨਹੀਂ ਦਿੰਦੇ ਹੁੰਦੇ ਸੀ ਦਵਾਈ ਸੋ ਇਹ ਦਵਾਈ ਸਮਝ ਕੇ ਘੋਲ ਕੇ ਇੱਕ ਚੁਟਕੀ ਤੇ ਬਹੁਤ ਸਾਰੇ ਲੋਗਾਂ ਨੂੰ ਆਸਟਿਓਪ੍ਰੋਸਸ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਦੀਆਂ ਵੀ ਲੱਤਾਂ ਦੁਖਦੀਆਂ ਆਸਟਿਓਪ੍ਰੋਸਸ ਹੁੰਦਾ ਹੈ ਹੱਡੀਆਂ ਵੀਕ ਹੋ ਜਾਂਦੀਆਂ ਹੱਡੀਆਂ ਕਮਜ਼ੋਰ ਉਹਨਾਂ ਦੀਆਂ ਲੱਤਾਂ ਵੀ ਦੁਖਦੀਆਂ ਉਹਨਾਂ ਵਾਸਤੇ ਵੀ ਇਹ ਸੁੰਡ ਕੰਮ ਦੀ ਚੀਜ਼ ਹੈ ਇੱਕ ਛੁਟਕੀ ਰੋਜ਼ ਲੈ ਲਓ ਤੇ ਲੈਣੀ ਹੈ ਬ੍ਰੇਕਫਾਸਟ ਤੋਂ ਬਾਅਦ ਨਾ ਖਾਲੀ ਪੇਟ ਲੈਣੀ ਹੈ ਨਾ ਸੌਣ ਲੱਗਿਆਂ ਲੈਣੀ ਹੈ ਤੰਕ ਕਰੇਗੀ ਸਸਵੇਰੇ ਖਾਣਾ ਖਾਧਾ ਹੈ ਉੱਠ ਕੇ ਬ੍ਰੇਕਫਾਸਟ ਕੀਤਾ ਹੈ ਇੱਕ ਚੁਟਕੀ ਸੁੰਡ ਦੀ ਮਾੜੀ ਜੀ ਪਾਣੀ ਪਾ ਕੇ ਉਹਨੂੰ ਪੇਸਟ ਜੀ ਬਣਾ ਕੇ ਤੇ ਉਹਨੂੰ ਖਾ ਲਓ ਤੁਸੀਂ ਉੱਪਰੋਂ ਪਾਣੀ ਪੀ ਲਓ ਉੱਪਰੋਂ ਪਾਣੀ ਪੀ ਲਓ ਇਹ ਆਦਤ ਬਣਾ ਲਓ ਇਹ ਇੰਡੀਆ ਚ ਤੇ ਗਰਮੀ ਚ ਨਹੀਂ ਲਈ ਜਾ ਸਕਦੀ ਕਿਉਂਕਿ ਬਹੁਤ ਗਰਮ ਹੋਏਗੀ ਸਰਦੀ ਚ ਲਈ ਜਾ ਸਕਦੀ ਸਰਦੀ ਚ ਦੋ ਚੁਟਕੀਆਂ ਲੈ ਲਓ ਇੱਥੇ ਤੁਸੀਂ ਗਰਮੀਆਂ 'ਚ ਇੱਕ ਚੁਟਕੀ ਲਵੋ ਤੇ ਸਰਦੀਆਂ 'ਚ ਦੋ ਚੁਟਕੀਆਂ ਕਰ ਦਿਓ ਇਹ ਤੁਹਾਡੀਆਂ ਹੱਡੀਆਂ ਦਾ ਬਹੁਤ ਅੱਛਾ ਇਲਾਜ ਹੈ ਤੁਹਾਡੇ ਵਾਈ ਬਾਦੀ ਆਪਾਂ ਅਕਸਰ ਕਹਿੰਦੇ ਆ ਜਾਂਦੀ ਜਿਸਮ ਨੂੰ ਉਹਦਾ ਬਹੁਤ ਅੱਛਾ ਇਲਾਜ ਹੈ ਫਿਰ ਤੁਹਾਡੀਆਂ ਲੱਤਾਂ ਜਿਹੜੀਆਂ ਦੁਖਦੀਆਂ ਉਹਦਾ ਬਹੁਤ ਅੱਛਾ ਇਲਾਜ ਹੈ ਹੁਣ ਆਜੋ ਤੁਸੀਂ ਪੈਰਾਂ ਵੱਲ ਪੈਰਾਂ ਦੀ ਰੀਜ਼ਨਾ ਧੋਨੇ ਇਸੇ ਤਰ੍ਹਾਂ ਹੀ ਅਗਰ ਤੇ ਪੰਜਾ ਦੁਖਦਾ ਤੁਸੀਂ ਆਪਣਾ ਕੋਲੇਸਟ੍ਰੋਲ ਤੇ ਟ੍ਰਾਈਗਲਿਸਰਾਈਡ ਚੈੱਕ ਤੇ ਜੇ ਅੱਡੀ ਦੁਖਦੀ ਹੈ ਤੇ ਜੇ ਅੱਡੀ ਦੁਖਦੀ ਹੈ ਤੇ ਯੂਰਿਕ ਐਸਿਡ ਹੂੰ ਕਿ ਦੋ ਡਿਫਰੈਂਟ ਚੀਜ਼ ਆ ਇੱਕ ਅੱਡੀ ਯੂਰੋਕੈਸਿਡ ਤੋਂ ਦੁਖਦੀ ਹੈ ਔਰ ਇੱਕ ਅੱਡੀ ਕਿਸੇ ਹੋਰ ਵਜ੍ਹਾ ਤੋਂ ਵੀ ਦੁਖਦੀ ਹੈ ਹੱਡੀ ਵੱਡ ਜਾਂਦੀ ਹੈ ਯਾਨੀ ਇੱਕ ਬੋਨ ਡਿਸਪਲੇਸਸ ਹੁੰਦੀ ਹੈ ਬਹੁਤ ਲੋਕਾਂ ਨੂੰ ਇਹ ਪ੍ਰੋਬਲਮ ਹੁੰਦੀ ਹੈ ਜਿਹਨੂੰ ਹਾਈਪਰਪਲੇਜ਼ੀਆ ਕਹਿੰਦੇ ਆ ਇਹ ਦੋ ਰੀਜ਼ਨਸ ਤੋਂ ਅੱਡੀ ਦੁਖ ਸਕਦੀ ਲੇਕਿਨ ਮੋਸਟਲੀ ਇਹ ਯੂਰੋਕੈਸਿਡ ਤੋਂ ਦੁਖਦੀ ਹੈ ਮੇਰੇ ਕੋਲ ਇਹ 90% ਜਿਹੜੇ ਪੇਸ਼ੈਂਟ ਅੱਡੀ ਦੇ ਪੇਸ਼ੈਂਟ ਆਉਂਦੇ ਨੇ ਉਹ ਯੂਰੋਕੈਸਿਡ ਹਾਈ ਹੁੰਦਾ ਔਰ ਉਹਦਾ ਬਹੁਤ ਸੌਖਾ ਇਲਾਜ ਹੈ ਪੰਜੇ ਦਾ ਵੀ ਤੇ ਅੱਡੀ ਦਾ ਵੀ ਇੱਕੋ ਹੀ ਇਲਾਜ ਹੈ ਜੀ ਕੋਲੇਸਟ੍ਰੋਲ ਦਾ ਵੀ ਤੇ ਯੂਰਿਕ ਐਸਿਡ ਦਾ ਵੀ ਇੱਕੋ ਹੀ ਇਲਾਜ ਆ ਰੋ ਹੈ 올ਿਵ ਆਇਲ ਇੱਕ ਚਮਚ ਇੱਕ ਚਮਚ ਕੋਲੇਸਟ੍ਰੋਲ ਨੂੰ ਵੀ ਲੋ ਕਰਦਾ ਤੇ ਯੂਰਿਕ ਐਸਿਡ ਨੂੰ ਵੀ ਲੋ ਕਰਦਾ ਹੈ ਗਰਮੀਆਂ ਚ ਅੱਧਾ ਚਮਚ ਸਰਦੀਆਂ ਚ ਇੱਕ ਚਮਚ ਔਰ ਤੁਹਾਨੂੰ ਹਾਰਟ ਨੂੰ ਵੀ ਸਕੂਨ ਦਿੰਦਾ ਹੈ ਤੁਹਾਨੂੰ ਨੀਂਦ ਵੀ ਅੱਛੀ ਕਰਦਾ ਸੀ ਕਈ ਵਾਰ ਡਿਸਕਸ ਕਰ ਚੁੱਕੇ ਹਿੱਤੇ ਕਿੰਨੇ ਫਾਇਦੇ ਨੇ ਫਿਰ ਤੁਹਾਡਾ ਜਿਹੜਾ ਉਹ ਇੱਕ ਚਮਚ 올ਿਵ ਆਇਲ ਹੈ ਉਹ ਤੁਹਾਡੇ ਕਿਡਨੀ ਨੂੰ ਵੀ ਵਾਸ਼ ਆਊਟ ਕਰਦਾ ਉਹਦੇ ਚ ਜਿਹੜਾ ਪ੍ਰੋਟੀਨਸ ਜਦੋਂ ਇਕੱਠੇ ਹੋ ਜਾਂਦੇ ਨੇ ਤੇ ਆਇਰਨ ਇਕੱਠਾ ਹੋ ਜਾਂਦਾ ਆਇਰਨ ਔਰ ਪ੍ਰੋਟੀਨ ਦੀ ਜ਼ਿਆਦਤੀ ਨੂੰ ਯੂਰਿਕ ਐਸਿਡ ਕਹਿੰਦੇ ਆ ਜੀ ਜਦੋਂ ਇਹ ਵਾਸ਼ ਆਊਟ ਨਹੀਂ ਕਰ ਪੰਦਾ ਤੁਹਾਡਾ ਕਿਡਨੀ ਤਾਂ ਤੁਹਾਡੇ ਅੱਡੀਆਂ ਚ ਦਰਦ ਹੋਣਾ ਸ਼ੁਰੂ ਹੋ ਜਾਂਦੀ ਫਿਰ ਤੁਹਾਡੇ ਗੋਡਿਆਂ ਚ ਗੁੱਟਨਿਆਂ ਚ ਦਰਦ ਹੋਣਾ ਸ਼ੁਰੂ ਹੋ ਜਾਂਦੀ ਫਿਰ ਹੌਲੀ ਹੌਲੀ ਕਿਸੇ ਕੋਹਣੀ ਚ ਦਰਦ ਹੁੰਦੀ ਇੱਕ ਚ ਇਧਰਲੇ ਚ ਜਾਂ ਇਧਰਲੇ ਚ ਫਿਰ ਬਾਜ਼ੂ ਚ ਦਰਦ ਹੁੰਦੀ ਕਿਸੇ ਇੱਕ ਚ ਪੂਰਾ ਜਿਸਮ ਇਸ ਤਰ੍ਹਾਂ ਇਸ ਤਰ੍ਹਾਂ ਦੁਖਦਾ ਇੱਕ ਜਗ੍ਹਾ ਤੇ ਜ਼ਿਆਦਾ ਦਰਦ ਹੁੰਦੀ ਹੈ ਇਹ ਤੁਹਾਡਾ ਯੂਰਿਕ ਐਸਿਡ ਜ਼ਿਆਦਾ ਹੋ ਰਿਹਾ ਹੈ ਇਹਦਾ ਫੌਰੀ ਇਲਾਜ 올ਿਵ ਦੂਸਰਾ ਇਹਦਾ ਇਲਾਜ ਇਹਦੀਆਂ ਕੁਝ ਮੈਡੀਸਨਸ ਵੀ ਨੇ ਅਗਰ ਕਿਸੇ ਕੋਲ 올ਿਵ ਆਇਲ ਨਾ ਕਰ ਲੈਣਾ ਕਵਰ ਨਹੀਂ ਹੋਰੇ 올ਿਵ ਆਇਲ ਕਰੇਗਾ 15 ਦਿਨਾਂ ਚ ਤੇ ਜੇ ਫੌਰੀ ਨੂੰ ਕਰਨਾ ਹੈ ਤਾਂ ਫਿਰ ਇਹਦੀਆਂ ਕੁਝ ਮੈਡੀਸਨ ਨੇ ਉਹ ਇੱਕ ਨੁਸਖਾ ਹੈ ਪੂਰਾ ਤੇ ਬਰਦਰ ਮੈਂ ਇੱਕ ਹੋਰ ਤਰ੍ਹਾਂ ਨਾਲ ਗੱਲ ਕਰਨੀ ਸੀ ਕਿ ਪਤਾ ਨਹੀਂ ਜ਼ਿੰਦਗੀ ਕਿੰਨੀ ਕ ਆਪਾਂ ਜਿੰਨੇ ਮੇਰੇ ਕੋਲੇ ਨੁਸਖੇ ਆ ਹਜ਼ਾਰਾਂ ਨੇ ਮੈਨੂੰ ਤੁਸੀਂ ਦੇ ਦਿਓ ਮੈਂ ਤਾਂ ਕਿਤਾਬ ਲਿਖ ਲੈਂਦੀ ਆ ਉਹ ਸਾਰੇ ਨੁਸਖੇ ਆਪਾਂ ਇੱਥੇ ਦੇ ਦਈਏ ਸਾਰਿਆਂ ਨੂੰ ਨਹੀਂ ਤੁਸੀਂ ਮੈਨੂੰ ਲਿਖਾ ਦਿਓ ਨਾ ਮੈਂ ਕਿਤਾਬ ਲਿਖ ਲੈਂਦੀ ਆ ਤੁਸੀਂ ਫਿਰ ਵੇਚੋਗੇ ਉਹ ਕਿਤਾਬ ਮੈਂ ਕਹਿੰਨਾ ਫਰੀਦ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਕਿ ਮੈਂ ਨੁਸਖੇ ਵੇਚੂੰਗੀ ਮੈਂ ਤੇ ਦੇਖੋ ਤੁਹਾਡੀਆਂ ਵੀਡੀਓਜ਼ ਦੇ ਉੱਤੇ ਜਿਹੜੇ ਕਮੈਂਟਸ ਆਉਂਦੇ ਆ ਲੋਕੀ ਆਪਣੀਆਂ ਲਿਖਦੇ ਮੈਂ ਤੇ ਉਹ ਵੀ ਪੜ ਕੇ ਉਨਾ ਚੋ ਵੀ ਲੋਕਾਂ ਦੇ ਜਿਹੜੇ ਸਵਾਲ ਆ ਉਹ ਚੁੱਕ ਕੇ ਆ ਦੇਖੋ ਮੈਂ ਤੇ ਲਿਖ ਕੇ ਅੱਛੇ ਬੱਚੇ ਦੀ ਤਰ੍ਹਾਂ ਹੋਮਵਰਕ ਕਰਕੇ ਬੰਦੀ ਹੈਗੀ ਆ ਜੀ ਅਕਸਰ ਮੈਂ ਕਦੇ ਕਿਸੇ ਸ਼ੋਅ ਦੇ ਵਿੱਚ ਇਦਾਂ ਪੇਪਰ ਵਰਕ ਲਿਖਦੀ ਨਹੀਂ ਕਿਉਂਕਿ ਮੇਰੇ ਜਹਨ ਦੇ ਵਿੱਚ ਹੁੰਦੀਆਂ ਸਾਰੀਆਂ ਗੱਲਾਂ ਇੱਕ ਜਿਹੜੇ ਸਵਾਲ ਹੁੰਦੇ ਆ ਨਾ ਮੈਨੂੰ ਹੁੰਦਾ ਕਿ ਮੈਂ ਕਿਸੇ ਦਾ ਸਵਾਲ ਭੁੱਲ ਨਾ ਜਾਵਾਂ ਤੇ ਤੁਸੀਂ ਇੱਕ ਕਿਤਾਬ ਛਪਾਈ ਦੋ ਤਾਂ ਅਸੀਂ ਸਾਰਿਆਂ ਦੇ ਸ਼ੇਅਰ ਸ਼ੇਅਰਪੇਂਡਿੰਗ ਪੇ ਦਿੰਦੇ ਐਨਾ ਇੱਥੇ ਖਜ਼ਾਨਾ ਰੱਬ ਨੇ ਪਾਇਆ ਹੋਇਆ ਲੈ ਕੇ ਮਾਰੀ ਨਾ ਚਾਹੀਏ ਉਦੋਂ ਪਹਿਲਾਂ ਪਹਿਲਾਂ ਸਾਰੇ ਲਿਖਾ ਦਈਏ ਉਹ ਖਜ਼ਾਨਾ ਲੋਕਾਂ ਦੇ ਕੰਮ ਆਏ ਤੇ ਫਿਰ ਤੁਸੀਂ ਮੈਨੂੰ ਇਹ ਸੇਵਾ ਦਓ ਤੇ ਮੈਂ ਹਫਤੇ 'ਚ ਇੱਕ ਦਿਨ ਇੱਕ ਘੰਟਾ ਤੁਹਾਡੇ ਤੋਂ ਪੰਜ-ਸੱਤ ਲਿਖਾ ਲਿਆ ਕਰੂੰਗੀ ਤੇ ਜਦੋਂ ਬੁੱਕ ਬਣ ਗਈ ਆਪਾਂ ਛਪਾ ਦਿੰਦੇ ਆ ਜੀ ਠੀਕ ਛਪਨ ਦੇ ਪੈਸੇ ਵੀ ਮੈਂ ਦੇ ਦੂੰ ਕਿਹ ਬਾਤ ਹੈ ਡਾਕਟਰ ਸਾਹਿਬ ਮੈਂ ਲਿਖੂੰਗੀ ਪੈਨ ਲੈ ਕੇ ਆਇਆ ਕਰੂੰਗੀ ਕਿਤਾਬ ਵੀ ਕੋਲੋਂ ਲੈ ਕੇ ਆਇਆ ਕਰੂੰਗੀ ਛਪਾਈ ਕਰਕੇ ਆਪਾਂ ਸਾਰਿਆਂ ਦੇ ਦਾਂਗੇ ਸਭ ਤੋਂ ਬੱਤ ਅੱਛੀ ਤੁਹਾਡੀ ਸੋਚ ਹੈ ਥੈਂਕ ਯੂ ਤੁਹਾਡਾ ਤੇ ਤੁਹਾਡੀ ਇਸ ਸੋਚ ਨੂੰ ਸਲਾਮ ਕੀਤੀ ਹੈ ਮਨਜੀਤ ਸੰਧੂ ਅੱਛਾ ਕਹਿੰਦੇ ਬਾਗਾ ਬਾਰਡਰ ਅੰਮ੍ਰਿਤਸਰ ਦੇ ਕੋਲੋਂ ਕਹਿੰਦੇ ਤੁਹਾਡਾ ਸ਼ੋਅ ਦੇਖਿਆ ਸੀ ਉੱਥੇ ਦੇ ਰਹਿਣ ਵਾਲੇ ਆ ਬਾਗਾ ਬਾਰਡਰ ਦੇ ਕੋਲ ਅੰਮ੍ਰਿਤਸਰ ਸਾਹਿਬ ਅੱਛਾ ਵਾ ਤੇ ਕਹਿੰਦੇ ਕਿ ਤੁਹਾਡੇ ਦੱਸੇ ਨੁਸਕੇ 올ਿਵ ਆਇਲ ਦੇ ਇੱਕ ਚਮਚੇ ਨੇ ਸਰੀਰ ਵਿੱਚ ਜਾਨ ਪਾਤੀ ਆ ਤੇ ਵਾਈ ਗੁਰੂ ਤੁਹਾਡਾ ਪਲਾ ਕਰੇ ਧੰਨਵਾਦ ਦਿਲੋ ਇਹ ਦੇਖ ਲੋ ਦੇਖ ਲੋ ਇਹ 올ਿਵ ਆਇਲ ਦਾ ਕਿੰਨਾ ਫਾਇਦਾ ਹੋ ਰਿਹਾ ਹੈ 올ਿਵ ਆਇਲ ਦੇ ਹਲੇ ਤੇ ਬੜੇ ਫਾਇਦੇ ਨੇ ਜੀ ਇਹ ਤਾਂ ਕਿਸੇਦਨ ਪੂਰਾ ਸ਼ੋਅ ਹੀ 올ਿਵ ਆਇਲ ਤੇ ਕਰ ਗਿਆ ਜੀ ਤੇ ਹੁਣ ਅਗਲਾ ਡਾਕਟਰ ਸਾਹਿਬ ਸਾਡੇ ਕੋ ਜਿਹੜਾ ਹੈਗਾ ਜਸਵਿੰਦਰ ਕੌਰ ਜੀ ਕਹਿੰਦੇ ਆ ਕਿ ਵਾਲ ਕਾਲੇ ਹੋਣ ਦਾ ਕੋਈ ਨੇਚਰਲ ਤਰੀਕਾ ਹੈ ਇਸੇ ਹੀ ਕਹਿ ਲੋ ਕਿ ਸਵਾਲ ਨੂੰ ਛੇਆਂ ਜਾਣਿਆ ਨੇ ਹੋਰ ਕੀਤਾ ਉਹਨਾਂ ਨੇ ਵੀ ਇਹੀ ਕੀਤਾ ਕਿ ਵਾਲ ਕਾਲੇ ਕਰਨ ਦਾ ਕੋਈ ਨੇਚਰਲ ਕੋਈ करे लून नुस्खा है कोई आ, केमिकल तो बिना कोई नेचुरल ट्रीटमेंट आज तो 3 साल पहले 4 साल पहले पाकिस्तान में गया हुआ ਸੀ ਤੇ ਉਥੇ ਇੱਕ ਟੀਵੀ ਵਾਲਿਆਂ ਨੇ ਨੂੰ ਧੱਕੇ ਨਾਲ ਫੜ ਕੇ ਲੈ ਗਏ ਮੈਂ ਜਾਣਾ ਸੀ ਅਗਲੇ ਦਿਨ ਮੇਰੀ ਫਲਾਈਟ ਸੀ ਉਹਨਾਂ ਨੇ ਸਪੈਸ਼ਲ ਅਲਜੀ ਸ਼ੋਅ ਰੱਖਿਆ ਉਹਨਾਂ ਨੇ ਕਿਹਾ ਜੀ ਹਾਜੀ ਕਰੋ ਉਹਦੇ ਚ ਨਾ ਗਲਤੀ ਨਾਲ ਮੇਰੇ ਕੋਲ ਇਹ ਵਾਲ ਕਲ ਕਰਨ ਦਾ ਨੁਸਖਾ ਦਿੱਤਾ ਗਿਆ ਗਲਤੀ ਨਾ ਦਿੱਤਾ ਗਿਆ ਚਾਹੀਦਾ ਮਤਲਬ ਉਹ ਬੋਲਿਆ ਕਿ ਗਲਤੀ ਤਾਂ ਆਪਾਂ ਨਹੀਂ ਕਰਦੇ ਅਸੀਂ ਦਿਨੇ ਹੀ ਵੰਡਦੇ ਹੀ ਸਾਰਾ ਕੁਝ ਜੀ ਬਰਜਿੰਦਰ ਉਹ ਉਹ ਜਿਹੜੀ ਮੇਰੀ ਵੀਡੀਓ ਇੱਕ ਦਿਨ ਜਿਹੜੇ ਗਰੁੱਪ ਚ ਮੈਂ ਸੀਗਾ ਉਸ ਗਰੁੱਪ ਚ ਸ਼ੇਅਰ ਹੋ ਗਈ ਔਰ ਥੱਲੇ ਕਿਸੇ ਨੇ ਲਿਖਿਆ ਕਿ ਇਹ ਵੀਡੀਓ 10 ਮਿਲੀਅਨ ਵਾਰੀ ਸ਼ੇਅਰ ਹੋ ਚੁੱਕੀ ਹੈ ਔਰ ਇੰਨੇ ਲੋਕਾਂ ਨੇ ਦੇਖੀ ਹੈ ਉਸ ਦੇ ਤੇ ਲਿਖਿਆ ਸੀ ਕਿਸੇ ਨੇ ਕਿ ਵਾਲ ਕਾਰਜ ਕਰਨ ਦਾ ਤਰੀਕਾ ਉਹ ਮੇਰੀ ਵੀਡੀਓ ਮੈਨੂੰ ਹੀ ਆ ਗਈ ਵਾਪਸ ਜੀ ਉਹ ਉਹਦਾ ਆਪਾਂ ਦੱਸ ਦਿੰਨੇ ਹਾਂ ਦੇਖੋ ਵਾਲ ਦੋ ਤਿੰਨ ਰੀਜਨਸ ਤੋਂ ਉਹ ਹੀ ਵਾਈਟ ਹੁੰਦੇ ਨੇ ਇੱਕ ਤੇ ਕਿ ਬਚਪਨ ਚ ਤੁਹਾਨੂੰ ਨਸਲਾ ਜ਼ੁਕਾਮ ਰਹਿੰਦਾ ਰਿਹਾ ਹੋਵੇ ਤੁਹਾਡੇ ਵਾਲ ਜਲਦੀ ਵਾਈਟ ਹੋ ਜਾਂਦੇ ਨੇ ਲੇਡੀਜ਼ ਨੂੰ ਅਗਰ ਕੋਈ ਲੇਡੀਜ਼ ਪ੍ਰੋਬਲਮ ਹੈ ਉਹਦੇ ਨਾਲ ਵਾਲ ਜਲਦੀ ਵਾਈਟ ਹੋ ਜਾਂਦੇ ਨੇ ਫਿਰ ਤੁਹਾਡਾ ਅਗਰ ਕੋਈ ਸਿਰ ਦਾ ਇਸ਼ੂ ਹੈ ਸਾਈਨਸ ਦਾ ਉਹਦੇ ਨਾਲ ਵਾਲ ਜਲਦੀ ਸਫੈਦ ਕਾਲੇ ਨਹੀਂ ਵਾਈਟ ਹੋ ਜਾਂਦੇ ਨੇ ਹੁਣ ਉਹਦਾ ਹੱਲ ਪਹਿਲਾ ਤੇ ਇਹ ਹੈ ਕਿ ਤੁਸੀਂ ਆਪਣਾ ਕਰ ਲੇ ਤੇ ਆਪਣਾ ਇਹ ਪ੍ਰੋਬਲਮ ਸੋਲਵ ਕਰੋ ਜਿਹੜਾ ਵੀ ਤੁਹਾਨੂੰ ਪ੍ਰੋਬਲਮ ਹੈ ਸਾਈਨਸ ਹੈ ਤੇ ਸਾਈਨਸ ਦੀਆਂ ਮਦ药ੀਆਂ ਸਾਰੀਆਂ ਦੱਸੀ ਹੋਈਆਂ ਉਹ ਤੁਸੀਂ ਦਵਾਈਆਂ ਲਓ ਤੇ ਸਾਈਨਸ ਠੀਕ ਕਰੋ ਨਜ਼ਲਾ ਜ਼ੁਕਾਮ ਹੈ ਉਹਦੀਆਂ ਦਵਾਈਆਂ ਦੱਸੀਆਂ ਹੋਈਆਂ ਉਹ ਠੀਕ ਕਰੋ ਨਜ਼ਲਾ ਜ਼ੁਕਾਮ ਨੂੰ ਅਗਰ ਤੁਹਾਨੂੰ ਵਮਨ ਦਾ ਕੋਈ ਇਸ਼ੂ ਹੈ ਉਹ ਵੀ ਮੇਰੇ ਕੋਲ ਪੁੱਛ ਲਓ ਦਵਾਈਆਂ ਉਹ ਵੀ ਠੀਕ ਕਰੋ ਐਸੇ ਤਰ੍ਹਾਂ ਕੋਈ ਵੀ ਪ੍ਰੋਬਲਮ ਹੈ ਨਾ ਤੇ ਪਹਿਲੇ ਉਸ ਪ੍ਰੋਬਲਮ ਨੂੰ ਸੋਲਵ ਕਰ ਲਓ ਉਸ ਤੋਂ ਬਾਅਦ ਬਾਕੀ ਕਿਵੇਂ ਕਰਨੇ ਇੱਕ ਚੀਜ਼ ਹੁੰਦੀ ਹੈ ਹਰੜ ਜੰਗ ਹਰੜ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਹੈ ਜੰਗਰੜ ਬਰੀਕ ਬਰੀਕ ਹੁੰਦੀ ਹੈ ਉਹ ਇੱਕ ਪਾਓ ਜਾਂ ਅੱਧਾ ਪਾਓ ਜੰਗਰੜ ਲੈ ਕੇ ਉਹਨੂੰ ਦੋ ਚਮਚ ਦੇਸੀ ਘੀ ਤੇ ਹਲਕਾ ਜਿਹਾ ਸਟੇਅਰ ਕਰ ਲੋ ਸਟੇਅਰ ਮਤਲਬ ਥੋੜਾ ਜਿਹਾ ਭੁੰਨ ਜਿਹਾ ਲੋ ਹਲਕਾ ਜਿਹਾ ਉਹ ਤਵੇ ਤੇ ਜਾਂ ਉਹਦੇ ਤੇ ਫਰਾਈ ਪੈਨ 'ਚ ਹਲਕਾ ਜਿਹਾ ਦੋ ਚਮਚ ਪਾ ਕੇ ਤਾਂ ਕਿ ਉਹਦੀ ਡਰਾਈਨੈਸ ਖਤਮ ਹੋ ਜਾਏ ਉਹਨੂੰ ਜਦੋਂ ਤੁਸੀਂ ਸਟੇਅਰ ਕਰ ਲਿਆ ਉਹਨੂੰ ਬਰੀਕ ਪੀਸ ਲੋ ਬਿਲਕੁਲ ਪਾਊਡਰ ਬਣਾ ਲਓ ਉਹਨੂੰ ਇੱਕ ਜੰਗਹਰੜ ਇੱਕ ਆਮਲਾ ਆਮਲੇ ਦਾ ਛਿਲਕਾ ਨਹੀਂ ਹੁੰਦਾ ਜਣਾ ਇਹ ਦੋ ਚੀਜ਼ਾਂ ਤੁਸੀਂ ਫਟਾਫਟ ਨੋਟਸ 'ਚ ਲਿਖ ਲੋਏ ਕਿਤਾਬ ਸ਼ੁਰੂ ਕਰਦੀ ਆਪਾਂ ਆਮਲਾ ਤੇ ਜੰਗ ਹਰੜ ਇਹਨਾਂ ਦੋਵਾਂ ਨੂੰ ਤੁਸੀਂ ਬਰਾਬਰ ਵਜ਼ਨ 'ਚ ਲੈ ਕੇ ਤੇ ਇਹਨਾਂ ਨੂੰ ਪਾਊਡਰ ਬਣਾ ਲੈਣਾ ਇਕੱਠਾ ਕਰ ਲੈਣਾ ਅੱਧੀ ਚਮਚ ਗਰਮ ਦੁੱਧ ਨਾਲ ਲੈਣ ਦੀ ਆਦਤ ਬਣਾ ਲਓ ਉਸ ਗਰਮ ਦੁੱਧ ਨੂੰ ਅਗਰ ਤੁਸੀਂ ਹੋਰ ਤੇਜ਼ ਕਰਨਾ ਤੇ ਬਦਾਮਾਂ ਦਾ ਤੇਲ ਹੁੰਦਾ ਹੈ ਬਦਾਮ ਰੋਗਨ ਜਿਹਨੂੰ ਕਹਿੰਨੇ ਉਸ ਗਰਮ ਦੁੱਧ 'ਚ ਇੱਕ ਚਮਚਾ ਬਦਾਮ ਰੋਗਨ ਪਾ ਲਓ ਬਦਾਮ ਆਇਲ ਲੇਕਿਨ ਹੋਣਾ ਅਸਲੀ ਚਾਹੀਦਾ ਅਸਲੀ ਕੋਈ ਨਹੀਂ ਮਿਲਦਾ ਉਹ ਜਗ੍ਹਾ ਜਗ੍ਹਾ ਤੇ ਪੈਣੇ ਬਦਾਮ ਆਇਲ ਲੇਕਿਨ ਉਹ ਅਸਲੀ ਨਹੀਂ ਹੁੰਦੇ ਤੁਸੀਂ ਆਪ ਕੜਵਾਓ ਉਹਦਾ ਇੱਕ ਚਮਚਾ ਗਰਮ ਦੁੱਧ ਤੇ ਇੱਕ ਕੱਪ ਚ ਬਦਾਮ ਆਇਲ ਔਰ ਅੱਧਾ ਚਮਚਾ ਉਸ ਹਰੜ ਔਰ ਆਮਲੇ ਨੂੰ ਮਿਕਸ ਕੀਤਾ ਔਰ ਮੂੰਚ ਪਾ ਕੇ ਉਹਨੂੰ ਪਾਣੀ ਨਾਲ ਪਹਿਲੇ ਅੰਦਰ ਗੁਜ਼ਾਰ ਲਓ ਫਿਰ ਉੱਪਰੋਂ ਗਰਮ ਦੁੱਧ ਮਜ਼ੇ ਲੈ ਲੈ ਕੇ ਪੀ ਲਓ ਤੇ ਤੁਸੀਂ ਦੇਖੋਗੇ ਕਿ ਇਹਨੂੰ ਟਾਈਮ ਤੇ ਲੱਗੇਗਾ ਸ਼ਾਇਦ ਸਾਲ ਇੱਕ ਲੱਗੇ ਸ਼ੁਰੂ ਹੋਣ ਕਿ ਕਿਤੇ ਕਿਤੇ ਤੁਹਾਡੇ ਵਾਲ ਬਲੈਕ ਆਨੇ ਸ਼ੁਰੂ ਹੋ ਗਏ ਜਿਹੜੇ ਵਾਈਟ ਹੈ ਉਹ ਕਿਤੋਂ ਕਿਤੋਂ ਬਾਲ ਬਲੈਕ ਆਨੇ ਸ਼ੁਰੂ ਹੋ ਜਾਣਗੇ ਇਹ ਬਹੁਤ ਸਾਰੇ ਲੋਕਾਂ ਨੇ ਉਸ ਮੇਰੀ ਉਸੇ ਵੀਡੀਓ ਦੇ ਥੱਲੇ ਕਮੈਂਟ ਕੀਤਾ ਲੋ ਜੀ ਮੈਂ ਤੇ ਮਹੀਨਾ ਕੀਤਾ ਮੇਰੇ ਤੇ ਵਾਲ ਕਾਲੇ ਨਹੀਂ ਹੋਏ ਮਹੀਨੇ ਮਹੀਨੇ ਚ ਨਹੀਂ ਹੋਣੇ ਇਹ ਸ਼ਾਇਦ ਕਈ ਸਾਲਾਂ ਚ ਜਾ ਕੇ ਹੋਣਗੇ ਲੇਕਿਨ ਆ ਕਾਲੇ ਜਾਣਗੇ ਜਿੰਨੇ ਮਰਜ਼ੀ ਵਾਈਟ ਹੈ ਥੱਲੇ ਸਾਰੇ ਕਾਲੇ ਹੋ ਜਾਣਗੇ ਡਾਕਟਰ ਸਾਹਿਬ ਆਪਕੇ ਜੇ ਕਾਲੇ ਵਾਲੋਂ ਦਾ ਯਹੀ ਰਾਜ ਹੈ ਮੈਂ ਤੇ ਉਹ ਟਾਈਮ ਹੀ ਨਹੀਂ ਲੱਗਦਾ ਬਲਜਿੰਦਰ ਮੇਰਾ ਬੜਾ ਦਿਲ ਕਰਦਾ ਮੈਂ ਉਹ ਕਰਾਂ ਮੈਂ ਕਿਹਾ ਵੀ ਮੈਂ ਦੇਖਿਆ ਤੁਹਾਡੇ ਵੀ ਕੋਈ ਸਫੈਦ ਸਫੈਦ ਵਾਲ ਹੈ ਨਹੀਂਗਾ ਮੈਂ ਕਿਹਾ ਪੁੱਛਿਆ ਕਿਥੇ ਆ ਗਏ ਇੱਥੇ ਦੋ ਦੋ ਤਿੰਨ ਤਿੰਨ ਹੁਣ ਹੋ ਗਏ ਨੇ ਉਹ ਅਗਰ ਮੈਂ ਕਰਨਾ ਸ਼ੁਰੂ ਕਰ ਦਿਆਂ ਤੇ ਫਿਰ ਕਾਲੇ ਹੋ ਜਾਣਗੇ ਇਹ ਤੇ ਵਾਈਟ ਨੂੰ ਨੇਚਰਲ ਕਾਲੇ ਕਰਨਾ ਅਗਰ ਤੁਸੀਂ ਪੁੱਛਦੇ ਹੋ ਮੈਨੂੰ ਕਿ ਨੇਚਰਲ ਕਲਰ ਦਾ ਨੁਸਖਾ ਦਿਓ ਨੇਚਰਲ ਕਲਰ ਵੀ ਹੋ ਜਾਂਦਾ ਹੈ अच्छा hmm. जी यानी ਤੁਸੀਂ ਬਹੁਤ ਸਾਰੇ ਕੈਮੀਕਲ ਵਾਲੇ ਕਲਰਸ ਲਾਉਂਦੇ ਹੋ ਜਿਹਦੇ ਚ ਮਿਨੀਆ ਹੁੰਦਾ ਹੈ ਜਿਹਦੇ ਚ ਬਹੁਤ ਸਾਰੇ ਮਸਲੇ ਹੁੰਦੇ ਆ ਉਹ ਤੁਸੀਂ ਉਹ ਉਹਨਾਂ ਤੋਂ ਅਗਰ ਜਾਨ ਛੁਡਾਣਾ ਚਾਹੁੰਦੇ ਹੋ ਤੇ ਤੁਹਾਨੂੰ ਇੱਕ ਨੇਚਰਲ ਵਾਲ ਕਲਰ ਕਰਨ ਦਾ ਨੁਸਖਾ ਵੀ ਦੱਸ ਦਿੰਦੇ ਆ ਲਓ ਜੀ ਨੰਬਰ 1 ਚੀਜ਼ਾਂ ਗਿਣ ਲੋ ਮਹਿੰਦੀ ਤਾਂ ਸਾਰਿਆਂ ਨੇ ਦੇਖੀ ਹੋਣੀ ਹੈ ਲਾਉਂਦੇ ਵੀ ਹੋਗੇ ਤੁਸੀਂ ਮਹਿੰਦੀ ਲਾ ਲਈ ਅੱਜ ਤੁਸੀਂ ਸਿਰ ਚ ਲਾ ਲਈ ਅੱਜ ਔਰ 2-3 ਘੰਟੇ ਬਾਅਦ ਉਹਨੂੰ ਸ਼ੈਂਪੂ ਕਰਤਾ ਉਤਾਰ ਦਿੱਤਾ ਅਗਲੇ ਦਿਨ ਤੁਸੀਂ ਇੱਕ ਚੀਜ਼ ਲੈਣੀ ਹੈ ਉਹਦਾ ਨਾਮ ਹੈ ਇੰਡੀਗੋ ਪਾਊਡਰ ਉਹ ਵੀ ਮਹਿੰਦੀ ਤਰ੍ਹਾਂ ਦਾ ਹੀ ਹੁੰਦਾ ਹੈ ਇੰਡੀਗੋ ਪਾਊਡਰ ਨੂੰ ਅਗਰ ਤੁਸੀਂ ਮਹਿੰਦੀ ਤਰ੍ਹਾਂ ਹੀ ਸਰਚ ਅਗਲੇ ਦਿਨ ਨੈਕਸਟ ਡੇ ਲਾ ਲਓ ਔਰ 2 ਘੰਟਿਆਂ ਨੂੰ ਬੰਦ ਕਰ ਲਓ ਸਿਰ ਨੂੰ ਯਾਨੀ ਕੋਈ ਸ਼ਾਵਰ ਕੈਪ ਪੈਨ ਲਓ ਜਾਂ ਕੋਈ ਵੀ ਕੈਪ ਪੈਨ ਲਓ ਉਹਨੂੰ ਸਿਰ ਨੂੰ ਹੀਟ ਮਿਲਣੀ ਚਾਹੀਦੀ 2 ਘੰਟੇ ਬਾਅਦ ਉਹਨੂੰ ਸਿਰ ਨੂੰ ਧੋ ਦਿਓ ਸ਼ੈਂਪੂ ਨਹੀਂ ਕਰਨਾ ਅਜੇ ਤੁਸੀਂ ਕੱਲ ਮਹਿੰਦੀ ਲਾ ਕੇ ਬੇਸ਼ੱਕ ਕਰ ਲਿਓ ਲੇਕਿਨ ਅੱਜ ਤੁਸੀਂ ਇੰਡੀਗੋ ਪਾਊਡਰ ਲਾਇਆ ਹੈ 2 ਘੰਟੇ ਮਹਿੰਦੀ ਤਰ੍ਹਾਂ ਹੀ ਉਹਨੂੰ ਪਿਉ ਲੈਣਾ ਔਰ ਉਸ ਤਰ੍ਹਾਂ ਹੀ ਉਹਨੂੰ ਸਿਰ ਚਲਾ ਲੈਣਾ ਔਰ ਉਹਨੂੰ ਸ਼ਾਵਰ ਕੈਪ ਨਾਲ ਕਵਰ ਕਰ ਲੈਣਾ 2 ਘੰਟੇ ਪੂਰੇ 2 ਘੰਟੇ ਬਾਅਦ ਉਹਨੂੰ ਸ਼ਾਵਰ ਲੈ ਲਓ ਔਰ ਉਹਨੂੰ ਜਸਟ ਧੋ ਦਿਓ 2 ਦਿਨ ਬਾਅਦ ਸ਼ੈਂਪੂ ਕਰ ਲਓ ਤੁਹਾਡੇ ਵਾਲ ਇੰਨੇ ਕ ਨੈਚੁਰਲ ਕਾਲੇ ਲੱਗਣਗੇ ਤੁਹਾਨੂੰ ਲੋਕ ਪੁੱਛਣਗੇ ਕਿ ਕਿਹੜੀ ਤੁਸੀਂ ਚੀਜ਼ ਲਾਈ ਹੈ ਕਿ ਇੰਨੇ ਖੂਬਸੂਰਤ ਕਾਲੇ ਨੇ ਉਹ ਵਾਲਾ ਕਾਲਾ ਕਲਰ ਕਿਸੇ ਕੈਮੀਕਲ ਵਾਲੀ ਪ੍ਰੋਡਕਟ ਨਾਲ ਆਂਦਾ ਹੀ ਨਹੀਂ ਔਰ ਇਹਦਾ ਕੋਈ ਸਾਈਡ ਇਫੈਕਟ ਨਹੀਂ ਫੈਰ ਉਹ ਵਾਲ ਲੰਮੇ ਕਰਨ ਦਾ ਨੁਸਖਾ ਤਾਂ ਤੁਹਾਨੂੰ ਪਤਾ ਦਿੱਤਾ ਹੋਇਆ ਉਹ ਐਕਸਰਸਾਟਿਓ। ਥੈਂਕ ਯੂ ਡਾਕਟਰ ਸਾਹਿਬ ਬੜੇ ਵਧੀਆ ਤੁਸੀਂ ਜਿਹੜੇ ਨੁਸਖੇ ਦਿੱਤੇ ਹੈਗੇ ਤੇ ਹੁਣ ਸਮਾਂ ਵੀ ਜਿਹੜਾ ਸਾਡਾ ਬੜੀ ਰਫਤਾਰ ਨਾਲ ਜਾ ਰਿਹਾ ਪਰ ਦੋ ਕਿ ਜਿਹੜੀਆਂ ਸਾਡੀਆਂ ਗੱਲਾਂ ਹੈਗੀਆਂ ਉਹ ਤੁਹਾਤੋਂ ਪੁੱਛ ਲੈਂਦੇ ਆ। ਨੀਂਦ ਨਾ ਆਉਣੀ। ਇਹ ਕਿਹਦੇ ਬਾਰੇ ਜ਼ਰੂਰ ਦੱਸ ਦਿਓ ਤੇ ਇੱਕ ਗਰਦਨ ਦੇ ਪਿਛਲੇ ਪਾਸੇ ਧੌਣ ਦੇ ਪਿਛਲੇ ਪਾਸੇ ਅ ਦਰਦ ਰਹਿਣੀ ਦੁਖ ਦੀ ਰਹਿਣੀ ਤੋਂ ਹਨ ਥੱਕੀ ਥੱਕੀ ਜੀ ਮਹਿਸੂਸ ਕਰ ਰਹੀ ਚੜੀਏ ਗਰਦਨ ਦੇ ਪਿਛਲੇ ਪਾਸੇ ਗਰਦਨ ਦੁਖਦੀ ਹੈ ਨਾ ਇਹ ਦੋ ਰੀਜ਼ਨਸ ਤੋਂ ਦੁਖ ਸਕਦੀ ਹੈ ਇੱਕ ਤੇ ਸਪੋਨਡਲਾਈਟਸ ਇਹਨੂੰ ਕਹਿੰਦੇ ਨੇ ਉਹ ਇੱਕ ਗਰਦਨ ਦੀ ਡਿਜ਼ੀਜ਼ ਹੈ ਬਹੁਤ ਸਾਰੇ ਲੋਕ ਜਿਹੜੇ ਇਸ ਤਰ੍ਹਾਂ ਕਰਕੇ ਇੱਕੋ ਹੀ ਪੋਸਚਰ ਚ ਬੈਠੇ ਰਹਿੰਦੇ ਨੇ ਮੋਬਾਈਲ ਤੇ ਜਾਂ ਜਿਨ੍ਹਾਂ ਦੀਆਂ ਉਂਗਲੀਆਂ ਕੰਪਿਊਟਰ ਤੇ ਚੱਲਦੀਆਂ ਨੇ ਇਹ ਉਹਨਾਂ ਨੂੰ ਅਕਸਰੇ ਪ੍ਰੋਬਲਮ ਹੁੰਦੀ ਹੈ ਗਰਦਨ ਦੀ ਔਰ ਇੱਥੋਂ ਹੀ ਇੱਕ ਦੂਸਰੀ ਵੱਡੀ ਡਿਜ਼ੀਜ਼ ਵੀ ਸ਼ੁਰੂ ਹੁੰਦੀ ਹੈ ਜਿਹਦਾ ਫਿਰ ਇਲਾਜ ਜ਼ਰਾ ਮੁਸ਼ਕਲ ਹੋ ਜਾਂਦਾ ਉਹਨੂੰ ਕਹਿੰਦੇ ਸਰਵਾਈਕਲ ਤੇ ਇਸ ਪੌਂਡਲਾਈਟਸ ਨੂੰ ਸਰਵਾਈਕਲ ਚ ਬਦਲਣ ਲੱਗਿਆ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਦਾ ਹੁਣੇ ਇਲਾਜ ਕਰ ਲਓ ਜਦੋਂ ਸ਼ੁਰੂ ਹੋਵੇ ਤੁਹਾਨੂੰ ਦਰਦ ਸ਼ੁਰੂ ਹੋਵੇ ਉਹਦਾ ਪਹਿਲਾ ਇਲਾਜ ਤੇ ਹੈ ਕਿ ਤੁਸੀਂ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰੋ ਦੂਸਰਾ ਇੱਕ ਉਹਦੀ ਇੱਕ ਦਵਾਈ ਹੈ ਸਿਕਲੇਮਨ ਇੱਕ ਰੈਨਨ ਰੈਨਨ ਦਵਾਈ ਹੈ ਉਹਦੀ ਇਹ ਦੋ ਦਵਾਈਆਂ ਤੁਸੀਂ ਉਹਦੀਆਂ ਲੈਣੀਆਂ ਸ਼ੁਰੂ ਕਰ ਦਿਓ ਤੇ ਇਸ ਦੇ ਵੀ ਉਹਦੀ ਇੱਕ ਦਵਾਈ ਹੈ ਸਿਮਸੀ ਫਿਊਗਾ ਸੀ ਆ ਐਮ ਸੀ ਆ ਫਿਊਗਾ ਇਹ ਜਿਨਾਂ ਨੂੰ ਵੀ ਹੁੰਦੀ ਹੈ ਉਸ ਸਿੰਸੀ ਫਿਯੋਗਾ ਦੇ 10 ਡਰਾਪਸ 3 ਟਾਈਮਸ ਲੈਣ ਮਦਰ ਟੈਂਕਚਰਸ ਔਰ ਇਹ ਸ਼ਾਇਦ ਪਹਿਲੇ ਜਾਂ ਦੂਸਰੇ ਜਾਂ 30 ਦਿਨ ਰੁਕ ਜੇਗੀ ਉਹਨਾਂ ਦੀ ਇੱਕ ਤੇ ਜਦੋਂ ਸਰਵਾਈਕਲ ਹੋ ਜਾਏ ਫਿਰ ਉਹਦੀ ਹੋਰ ਦਵਾਈ ਹੈ ਫਿਰ ਉਸ ਸੀਰੀਅਸ ਗੱਲ ਹੈ ਫਿਰ ਉਹਦਾ ਇੱਕ ਪੂਰਾ ਨੁਸਖਾ ਹੈ ਉਹ ਜਿਹੜਾ ਅਸੀਂ ਬਣਾ ਕੇ ਰੱਖਿਆ ਹੋਇਆ ਹੈ ਉਹਦੇ ਕੋਈ 12 14 ਮੈਡੀਸਿਨਸ ਨੇ ਉਹ ਫਿਰ ਲੈਣੀ ਸ਼ੁਰੂ ਕਰਦੇ ਤਾਂ ਕਿ ਸਰਵਾਈਕਲ ਖਤਮ ਹੋਏ ਤੇ ਨੀਂਦ ਵਾਲੀ ਜਿਹੜੀ ਗੱਲ ਹੈ ਨੀਂਦ ਵਾਲੀ ਗੱਲ ਜਾਂ ਤੇ ਵੈਸੇ ਨੀਂਦ ਨਹੀਂ ਆਉਂਦੀ ਜਦੋਂ ਸੋਚਾਂ ਆ ਜਾਂਦੀਆਂ ਨੇ ਤੇ ਯਾ ਸਲੀਪ ਐਪ ਨਹੀਂ ਹੈ ਤੁਹਾਨੂੰ ਤੇ ਜੇ ਸਲੀਪ ਐਪ ਨਹੀਂ ਹੈ ਤੇ ਉਹਦੀ ਇੱਕ ਦਵਾਈ ਹੈ ਲੈਕਸਿਸ ਸਵੇਰ ਸਵੇਰ ਲੈਣੀ ਹੈ 5 ਡਰਾਪਸ ਔਰ ਦੂਸਰੀ ਉਹਦੀ ਦਵਾਈ ਹੈ ਪੈਸੀਫਲੋਰਾ ਤੇ ਓਪੀਐਮ ਇਹ ਓਪੀਐਮ ਹੋ ਨਹੀਂ ਓਪੀਐਮ ਦਵਾਈ ਦਾ ਨਾਮ ਹੈ ਓਪੀਐਮ ਔਰ ਪੈਸੀਫਲੋਰਾ ਨੂੰ ਮਿਕਸ ਕਰ ਲੋ ਔਰ ਇਹਦੇ 20 ਡਰਾਪਸ ਰਾਤ ਨੂੰ ਸੌਣ ਲੱਗਿਆਂ ਖਾਣੇ ਤੋਂ ਬਾਅਦ ਇਨਕ ਪਾਣੀ ਚ ਪਾ ਕੇ ਲੈ ਲਓ ਤੁਹਾਨੂੰ ਨੀਂਦ ਅਚੀਏਗੀ। ਤੁਸੀਂ ਵੈਸੇ ਕੀ ਕਰਨਾ ਚਾਹੀਦਾ ਘਰੇਲੂ ਜੇ ਨੀਂਦ ਨਹੀਂ ਆਉਂਦੀ। ਘਰੇਲੂ ਅਗਰ ਨੁਸਖਾ ਤੇ ਹੋ ਤੇ ਇੱਕ ਤੇ 올ਿਵ ਆਇਲ ਇੱਕ ਚਮਚਾ 올ਿਵ ਆਇਲ ਮਾੜੀ ਮੋਟੀ ਜੀ ਦੀ ਨੀਂਦ ਡਿਸਟਰਬ ਹੈ ਜਿਹਨਾਂ ਤੁਹਾਡੀ ਮੇਰੀ ਹੁੰਦੀ ਹੈ ਕਦੇ ਹੋ ਜਾਂਦੀ ਉਹ ਇੱਕ ਚਮਚਾ 올ਿਵ ਆਇਲ ਰਾਤ ਨੂੰ ਪੀਓ ਤੇ ਬੜੀ ਸਪੈਸ਼ਲ ਨੀਂਦ ਆਂਦੀ ਹੈ। ਦੂਸਰਾ ਕਾਲੀ ਖਸ਼ਖਾਸ ਹੁੰਦੀ ਹੈ ਇੱਕ। ਉਹ ਸੀਡਸ ਕਾਲੀ ਖਸ਼ਖਾਸ। ਉਹ ਖਸ਼ਖਾਸ ਦੇ ਥੋੜੇ ਜਿਹੇ ਸੀਡਸ ਤੁਸੀਂ ਖਾ ਲਓ ਯਾਨੀ ਅੱਧਾ ਚਮਚਾ ਛੋਟਾ ਚਾਹੇ ਵਾਲਾ ਜਾਤੇ ਦੁੱਧ ਦੇ ਕੱਪ ਚ ਗਰਮ ਚ ਪਾ ਕੇ ਤੇ ਉਹ ਪੀ ਲਓ ਤੇ ਉੱਪਰੋਂ ਦੁੱਧ ਉਹ ਖਾ ਲਓ ਦਾਣੇ ਜਾਂ ਉਹਨਾਂ ਜੀ ਲੈ ਕੇ ਤੇ ਉੱਪਰੋਂ ਗਰਮ ਦੁੱਧ ਪੀ ਲਓ ਜਾਂ ਪਾਣੀ ਪੀ ਲਓ ਸੌਣ ਤੋਂ ਕੋਈ ਅੱਧਾ ਘੰਟਾ ਪਹਿਲੇ ਉਹਦੇ ਨਾਲ ਵੀ ਇਹ ਘਰੇਲੂ ਟੁਟਕਾ ਹੈ ਉਹਦੇ ਨਾਲ ਵੀ ਅੱਛੀ ਨੀਂਦ ਆਏਗੀ ਪਲੱਸ ਅਗਰ ਤੁਸੀਂ ਵੀ 25 ਬਦਾਮ ਰੋਜ਼ ਖਾ ਲਿਆ ਕਰੋ ਤੇ ਉਹ ਨੀਂਦ ਦਾ ਬਹੁਤ ਅੱਛਾ ਇਲਾਜ ਹੈ ਦਿਨ ਦੇ ਨੂੰ ਵੀ 25 ਬਦਾਮ ਖਾ ਲੇ ਐਵੇਂ ਹੱਥ ਚ ਰੱਖ ਕੇ ਖਾਂਦੇ ਰਹੇ ਇੱਕ ਇੱਕ ਕਰਕੇ ਤੇ ਰਾਤ ਨੂੰ ਤੁਹਾਡੀ ਨੀਂਦ ਅੱਛੀ ਹੋਏਗੀ ਪਲੱਸ ਤੁਹਾਡਾ ਗੁੱਡ ਕੋਲੇਸਟ੍ਰੋਲ ਵੀ ਬਣੇਗਾ ਜੀ ਤੇ ਡਾਕਟਰ ਜਦੋਂ ਅਸੀਂ ਗੱਲ ਕਰਦੇ ਹਾਂ ਖਾਸ ਮੁਲਾਕਾਤ ਦੀ ਜਿੱਥੇ ਤੁਸੀਂ ਦਵਾਈਆਂ ਬਾਰੇ ਦੱਸਦੇ ਆਂ ਤੇ ਘਰੇਲੂ ਨੁਸਖੇ ਦੱਸਦੇ ਆਂ ਉੱਥੇ ਨਾਲ-ਨਾਲ ਸਾਰੇ ਇੰਤਜ਼ਾਰ ਵੀ ਕਰਦੇ ਰਹਿੰਦੇ ਆ ਕਿ ਤੁਹਾਡੇ ਵੱਲੋਂ ਇੱਕ ਪਿਆਰੀ ਜੀ ਗੱਲ ਵੀ ਦੱਸਣੀ ਸੋ ਜਾਣ ਤੋਂ ਪਹਿਲਾਂ ਉਹ ਜ਼ਰੂਰ ਦੱਸ ਦੋ ਉਹਦੇ ਮੈਨੂੰ ਬੜੇ ਫੋਨ ਆ ਰਹੇ ਆ ਅੱਜਕੱਲ ਹਾਂ ਬਿਲਕੁਲ ਜੀ ਇੱਕ ਯੂਐਸ ਤੋਂ ਕਿਸੇ ਨੇ ਮੈਸੇਜ ਕੀਤਾ ਤੁਸੀਂ ਕਿਹਾ ਸੀ ਖਾਣਾ ਖਵਾਉਣ ਦੇ ਬਾਰੇ ਤੇ ਉਹ ਕਹਿੰਦੇ ਕਿ ਇਹ ਗੱਲ ਮੈਂ ਅਪਣਾਈ ਆ ਤੇ ਵਾਕਿਆ ਕਹਿੰਦੇ ਮੇਰੇ ਦਿਲ ਨੂੰ ਬੜਾ ਸਕੂਨ ਮਿਲਦਾ ਆ ਤੇ ਜਦੋਂ ਮੈਂ ਕਿਸੇ ਭੁੱਖੇ ਨੂੰ ਖਾਣਾ ਖਵਾਉਣਾ ਔਰ ਇਹ ਸਿਰਫ ਇਸ ਨੀਅਤ ਨਾਲ ਖਵਾਣਾ ਸ਼ੁਰੂ ਕਰ ਦਿਓ ਕਿ ਰੱਬ ਖੁਸ਼ ਹੋਏਗਾ ਤੇ ਫਿਰ ਡਬਲ ਸਕੂਨ ਆ ਜਾਏਗਾ ਜੀ ਗੱਲ ਬਲਜਿੰਦਰ ਇੱਕ ਮੈਂ ਪਿਛਲੇ ਦਿਨਾਂ ਚ ਨੋਟ ਕੀਤਾ ਕਿ ਕੁਝ ਆਪਸ ਚ ਫਰੈਂਡਸ ਕੁਝ ਰਿਸ਼ਤੇਦਾਰ ਆਪਸ ਚ ਲੜ ਕੋਲ ਰਹੇ ਸੀ ਮੈਂ ਕਿਤੇ ਦੇਖਿਆ ਕਿਤੇ ਮੇਰੇ ਵੀ ਪਿੱਛੇ ਜਾਂ ਕਿਸੇ ਹੋਰ ਦੋਸਤ ਦੇ ਵੀ ਪਿੱਛੇ ਉਹ ਆਪਸ ਚ ਲੜ ਪੜ ਰਹੇ ਸੀਗੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ مشورہ ਦੇਣਾ ਚਾਹਨਾ ਮੈਂ ਆਪਣੇ ਘਰ ਚ ਸਭ ਤੋਂ ਬੜਾ ਮੇਰੇ ਛੋਟੇ ਭੈਣ ਭਾਈ ਨੇ ਉਹਨਾਂ ਨੂੰ ਵੀ مشورہ ਹੈ ਇਹ ਹੋਰ ਵੀ ਤੁਹਾਡੇ ਭੈਣ ਭਾਈਆਂ ਨੂੰ ਵੀ ਸਾਰੇ ਭੈਣ ਭਾਈਆਂ ਨੂੰ ਆਪਣੇ ਨੂੰ مشورہ ਹੈ ਕਿ ਜਿਹੜੇ ਰਿਸ਼ਤੇ ਹੈ ਨਾ ਇਹਨਾਂ ਨੂੰ ਜ਼ਿੰਦਗੀ 'ਚ ਟਾਈਮ ਦੇ ਲਓ ਇਹ ਜ਼ਿੰਦਗੀ ਮੁੱਕ ਗਈ ਤੇ ਰਿਸ਼ਤਿਆਂ ਨੂੰ ਟਾਈਮ ਨਹੀਂ ਦਿੱਤਾ ਜਾਣਾ ਇਹਨਾਂ ਨੂੰ ਜਿੰਨਾ ਟਾਈਮ ਦੇ ਸਕਦੇ ਹੋ ਤੁਸੀਂ ਆਪਣੇ ਰਿਸ਼ਤਿਆਂ ਨੂੰ ਜ਼ਿੰਦਗੀ 'ਚ ਟਾਈਮ ਦੇ ਲਓ ਕਿਉਂਕਿ ਜਦੋਂ ਮਰ ਜਾਂਦਾ ਨਾ ਬੰਦਾ ਉਹ ਤੋਂ ਬਾਅਦ ਉਹਦੇ ਤੁਸੀਂ ਤਾਜ ਮਹਿਲ ਵੀ ਬਣਾ ਦਿਓ ਤੇ ਉਹ ਮਮਤਾਜ਼ ਨੇ ਕਦੀ ਨਹੀਂ ਵੇਖਣਾ ਇਹਦਾ ਤਾਜਮਹਿਲ ساری ਦੁਨੀਆ ਨੇ ਵੇਖਿਆ ਪਰ ਮਮਤਾਜ਼ ਨੇ ਨਹੀਂ ਵੇਖਿਆ ਜਿਹਦੇ ਲਈ ਉਹ ਬਣਾਇਆ ਤੇ ਜਿਹੜੇ ਰਿਸ਼ਤੇਆਂ ਨੂੰ ਤੁਸੀਂ ਮਰਨ ਤੋਂ ਬਾਅਦ ਅਪਰੀਸ਼ੀਏਟ ਕਰਨਾ ਉਹਨਾਂ ਨੂੰ ਆਪਣੀ ਜ਼ਿੰਦਗੀ 'ਚ ਅਪਰੀਸ਼ੀਏਟ ਕਰ ਲਓ ਜਿਹਦੇ ਨਾਲ ਕੋਈ ਲੜਾਈ ਆ ਜਾ ਕੇ ਮਾਫੀ ਮੰਗ ਲਓ ਜਿਨੇ ਤੁਹਾਡੇ ਨਾਲ ਜ਼ਿਆਦਤੀ ਕੀਤੀ ਉਹਨੂੰ ਤੁਸੀਂ ਮਾਫ ਕਰ ਦਿਓ ਤੇ ਜਦੋਂ ਅਸੀਂ ਮਾਫੀ ਮੰਗਣੀ ਤੇ ਮਾਫ ਕਰਨੀ ਸਿੱਖ ਜਾਾਂਗੇ ਤੇ ਸਾਡੇ ਸਾਰੇ ਰਿਸ਼ਤੇ ਫੁੱਲਾਂ ਵਰਗੇ ਹੋ ਜਾਣਗੇ ਤੇ ਜਦੋਂ ਰਿਸ਼ਤੇ ਫੁੱਲਾਂ ਵਰਗੇ ਹੋਗੇ ਇਹ ਅੱਧੀਆਂ ਬਿਮਾਰੀਆਂ ਵੈਸੇ ਮੁੱਕ ਜਾਣਗੀਆਂ ਤੇ ਜ਼ਿੰਦਗੀ ਚ ਇਹਨਾਂ ਦੀ ਇੱਜ਼ਤ ਕਰ ਲੋ ਰਿਸ਼ਤਿਆਂ ਦੀ ਜ਼ਿੰਦਗੀ ਚ ਪਿਆਰ ਕਰ ਲੋ ਮਰਨ ਤੋਂ ਬਾਅਦ ਇਹਨਾਂ ਨਾਲ ਪਿਆਰ ਕਰਨ ਦਾ ਕੋਈ ਫਾਇਦਾ ਨਹੀਂ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਥੈਂਕ ਯੂ ਜੀ ਥੈਂਕ ਯੂ ਬਿਲਕੁਲ ਜੀ ਬਹੁਤ ਹੀ ਪਿਆਰੀ ਗੱਲ ਡਾਕਟਰ ਸਾਹਿਬ ਹੋਣਾ ਨੇ ਕਹੀ ਆ ਤੇ ਕਹਿੰਦੇ ਜ਼ਿੰਦਗੀ ਦੇ ਵਿੱਚ ਬੰਦੇ ਨੂੰ ਸੱਚ ਬੋਲਣਾ ਚਾਹੀਦਾ ਜੋ ਮਨ ਦੇ ਵਿੱਚ ਹੈ ਉਹ ਸਾਫ਼-ਸਾਫ਼ ਕਹਿ ਦੇਣਾ ਚਾਹੀਦਾ ਕਿਉਂਕਿ ਸੱਚ ਬੋਲਣ ਦੇ ਨਾਲ ਫਾਸਲੇ ਹੁੰਦੇ ਆ ਤੇ ਝੂਠ ਬੋਲਣ ਦੇ ਨਾਲ ਫਾਸਲੇ ਵੱਧਦੇ ਆ ਸੋ ਇਹਨਾਂ ਗੱਲਾਂ ਤੇ ਅਸੀਂ ਅਮਲ ਕਰੀਏ ਜ਼ਿੰਦਗੀ ਬੜੇ ਸਕੂਨ ਨਾਲ ਨਿਕਲ ਜਾਵੇਗੀ। ਅਗਲੀ ਵਾਰ ਫੇਰ ਡਾਕਟਰ ਸਾਹਿਬ ਨੂੰ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਤੇ ਹੋਰ ਤੁਹਾਡੇ ਸਵਾਲ ਜਿਹੜੇ ਆ ਰਹਿ ਗਏ ਨੇ ਉਹ ਵੀ ਜ਼ਰੂਰ ਪੁੱਛਣ ਦੀ ਕੋਸ਼ਿਸ਼ ਕਰਾਂਗੇ। ਪ੍ਰੋਗਰਾਮ ਕਿਹੋ ਜਿਹਾ ਲੱਗਦਾ ਫੀਡਬੈਕ ਜ਼ਰੂਰ ਦਿਆ ਕਰੋ। ਅਗਲੀ ਵਾਰ ਤੱਕ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ ਖਿਆਲ ਰੱਖਿਓ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। subscribe our channel and press the bell icon taki koi bhi new update tose bilkul bhi miss na karo